ਉਦੋਂ ਅਸੀਂ ਜਦੋਂ ਵਾਪਸ ਤੁਰਨ ਲੱਗੇ ਨਾ ਤਾਂ ਸਰਦੂਲ ਜੀ ਨੇ ਮੈਨੂੰ ਕਿਹਾ, ਬਰਮਿੰਘਮ ਦੀ ਗੱਲ ਆ ਪ੍ਰੋਬਲੀ 99 ਦੀ, ਅਸੀਂ ਸਾਰਾ ਸੈੱਟ ਲਾਇਆ ਹੋਇਆ ਜੀ ਸਾਰਾ, ਉੱਥੇ ਸ਼ਮਸ਼ੇਰ ਸੰਧੂ ਭਾਅ ਜੀ ਦਾ ਪ੍ਰੋਗਰਾਮ ਸੀਗਾ। ਮੈਨੂੰ ਯਾਦ ਆ ਇੱਕ ਵਾਰੀ ਅਸੀਂ 80-81 ਦੀ ਗੱਲ ਹੋਏਗੀ, ਉਹਨਾਂ ਦਿਨਾਂ 'ਚ ਦੂਰਦਰਸ਼ਨ ਦੀ ਸਟਰਗਲ ਕਰਦੇ ਸੀਗੇ ਜੀ ਜੀ, ਸਰਦੂਲ ਜੀ ਵੀ ਦੂਰਦਰਸ਼ਨ 'ਤੇ ਜਾਂਦੇ ਸੀ, ਅਤੇ ਮੈਨੂੰ ਫੋਨ ਕਰਤਾ, ਲੈਂਡਲਾਈਨ ਸੀਗਾ ਘਰ, ਫੋਨ ਕਰਤਾ ਵੀ ਮੈਂ ਨਹੀਂ ਆ, ਮੈਂ ਨਹੀਂ ਆ ਸਕਦਾ ਵੀ ਮੇਰਾ ਤਾਂ ਸ਼ੋਅ ਆ ਗਿਆ। ਹੁਣ ਦੇਖੋ ਜੀ ਟੀ ਸੀਰੀ ਦਾ ਯੂਨਿਟ ਸਾਰਾ, ਲੇਕਿਨ ਮੈਨੂੰ ਅੱਜ ਵੀ ਗੱਲ ਯਾਦ ਹੈ ਕਿ ਗੁਰਲੀਨ ਚੋਪੜਾ ਨੇ ਮੈਨੂੰ ਇਹ ਕਿਹਾ, ਇਨਸਾਨ ਨੂੰ ਉਹ ਪਲ ਨਹੀਂ ਮਿਲਦਾ ਜਦੋਂ ਅੱਖ ਪੱਟ ਕੇ ਪਿੱਛੇ ਵੇਖ ਸਕੇ ਮਰਨ ਤੋਂ ਬਾਅਦ ਵੀ ਮੇਰੇ ਪਿੱਛੇ ਦੁਨੀਆ ਕਿੰਨੀ। ਇਹ ਬੰਦ ਕਰੋ ਬੰਦ ਕਰੋ, ਇਹ ਤੁਹਾਨੂੰ ਕਿਹਨੇ ਪਰਮਿਸ਼ਨ ਦਿੱਤੀ ਹੈ? ਕਾਫੀ ਅਸੀਂ ਸਾਰੇ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸੱਤੀ, ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਦਾ ਪ੍ਰੋਗਰਾਮ ਸੱਤ ਰੰਗ ਸੈਲੀਬ੍ਰਿਟੀ। ਅਤੇ ਦੋਸਤੋ, ਅੱਜ ਕੱਲ੍ਹ ਆਪਾਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਹੀ ਗਮਗੀਨ ਮਾਹੌਲ ਚੱਲ ਰਿਹਾ, ਕਿਉਂਕਿ ਸਾਡੇ ਵਿਚਕਾਰ ਸੁਰਾਂ ਦੇ ਸਿਕੰਦਰ ਕਹੇ ਜਾਣ ਵਾਲੇ ਸਰਦੂਲ ਸਿਕੰਦਰ ਜੀ ਨਹੀਂ ਰਹੇ। ਪਿਛਲੇ ਦਿਨ ਹੀ ਉਹ ਕਾਫੀ ਜ਼ਿਆਦਾ ਬਿਮਾਰ ਹੋਣ ਦੇ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਚੁੱਕੇ ਨੇ, ਅਤੇ ਅੱਜ ਦਾ ਇਹ ਸੱਤ ਰੰਗ ਸੈਲੀਬ੍ਰਿਟੀ ਦਾ ਜਿਹੜਾ ਇਹ ਐਪੀਸੋਡ ਹੈ, ਅੱਜ ਅਸੀਂ ਉਹਨਾਂ ਨੂੰ ਹੀ ਡੈਡੀਕੇਟ ਕਰਨ ਜਾ ਰਹੇ ਹਾਂ। ਅਤੇ ਮੇਰੇ ਨਾਲ ਅੱਜ ਇਸ ਸਟੂਡੀਓ ਦੇ ਵਿੱਚ ਇੱਕ ਨਹੀਂ ਦੋ ਉਹਨਾਂ ਦੇ ਸਮਕਾਲੀ ਜਿਹੜੇ ਦੋਸਤ ਨੇ ਅਤੇ ਨਾਲ ਆਰਟਿਸਟ ਵੀ ਨੇ, ਉਹ ਨਾਲ ਮੌਜੂਦ ਨੇ। ਸੋ ਮੈਂ ਪਹਿਲਾਂ ਸਵਾਗਤ ਕਰਦਾ ਜੀ ਬਾਲਮੁਕੰਦ ਸ਼ਰਮਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤ ਰੰਗ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਾਲਮੁਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਨਾਲ ਉਹਨਾਂ ਦੇ ਨੇ ਵੀਡੀਓ ਡਾਇਰੈਕਟਰ, ਜਿਨ੍ਹਾਂ ਨੇ ਕਿ ਉਹਨਾਂ ਦੇ ਬਹੁਤ ਸਾਰੇ ਵੀਡੀਓ ਸਟਾਰਟਿੰਗ ਤੋਂ ਲੈ ਕੇ, ਜਿਵੇਂ ਆਪਾਂ ਗੱਲਬਾਤ ਕਰ ਲਈਏ ਲਿਖਦੂ ਸਫੈਦਿਆਂ ਦੇ ਨਾਲ, ਜਿੰਨੇ ਵੀ GT ਰੋਡ ਦੇ ਉੱਤੇ ਜਾਂ ਹੋਰ ਬਹੁਤ ਸਾਰੇ ਗਾਣੇ, ਭਾਵੇਂ ਆਪਾਂ ਗਾਣੇ ਲਗਾ ਲਈਏ ਬੱਬੂ ਮਾਨ ਜੀ ਦੇ, ਸਰਦੂਲ ਸਿਕੰਦਰ ਜੀ ਦੇ, ਜਾਂ ਮਿੰਦਰ ਖੇਜ ਦੇ ਯਾਰ ਬੋਲਦਾ, ਅਤੇ ਉਹ ਸਾਰੇ ਵੀਡੀਓਜ਼ ਸ਼ੂਟ ਕਰਨ ਵਾਲੇ ਜਸਵਿੰਦਰ ਜੀ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੈਨਲ ਸੱਤ ਰੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਇੱਥੇ ਮੈਂ ਹੁਣ ਦੱਸ ਦਿੰਦਾ ਕਿ ਨਾਲ ਸ਼ਰਮਾ ਅੰਕਲ ਮੈਂ ਸ਼ੁਰੂ ਤੋਂ ਹੈ ਨਾ, ਅਤੇ ਨਾਲ ਉੱਧਰ ਫਾਦਰ ਸਾਹਿਬ ਨੇ, ਵੈਸੇ ਜਿੰਨੇ ਵੀ ਚੈਨਲ ਸੱਤ ਰੰਗ ਦੇ ਸਬਸਕ੍ਰਾਈਬਰਸ ਨੇ ਉਹ ਤਕਰੀਬਨ ਜਾਣਦੇ ਨੇ ਇਸ ਗੱਲ ਨੂੰ, ਪਰ ਅੱਜ ਮਤਲਬ ਕਿ ਅਸੀਂ ਇਹ ਪ੍ਰੋਗਰਾਮ ਜਿਹੜਾ ਡੈਡੀਕੇਟ ਕਰ ਰਹੇ ਸਰਦੂਲ ਸਿਕੰਦਰ ਜੀ ਨੂੰ, ਸੋ ਉਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਬਹੁਤ ਗਮਗੀਨ ਮਾਹੌਲ ਹੈ। ਸੋ ਸਟਾਰਟ ਤੋਂ ਲੈ ਕੇ ਗੱਲਬਾਤ ਕਰਦੇ ਹਾਂ ਕਿ ਪਹਿਲਾਂ ਬਾਲਮੁਕੰਦ ਸ਼ਰਮਾ ਜੀ ਤੋਂ ਗੱਲ ਕਰਦੇ ਹਾਂ। ਸ਼ਰਮਾ ਅੰਕਲ, ਜਿਵੇਂ ਆਪਾਂ ਹੈ ਨਾ ਜਾਣਦੇ ਹਾਂ ਕਿ ਬਹੁਤ ਹੀ ਸੈਡ ਖਬਰ ਹੈਗੀ ਹੈ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ, ਜਾਂ ਜਿਹੜੇ ਵੀ ਮਿਊਜ਼ਿਕ ਨੂੰ ਚਾਹੁਣ ਵਾਲੇ ਆ ਉਹਨਾਂ ਦੇ ਵਾਸਤੇ ਵੀ ਹੈ ਨਾ। ਸੋ ਤੁਸੀਂ ਸਟਾਰਟ ਤੋਂ ਸਮਕਾਲੀਕ ਕਲਾਕਾਰ ਵਜੋਂ ਵੀ ਵਿੱਚ ਰਹੇ ਹੋ ਅਤੇ ਦੋਸਤ ਵੀ ਬਹੁਤ ਚੰਗੇ ਰਹੇ ਹੋ, ਹੈ ਨਾ, ਜਸਵਿੰਦਰ ਭੱਲਾ ਜੀ ਦੀ ਲਗਾ ਲਈ ਗੱਲ ਆਪਾਂ, ਹੈ ਜਾਂ ਤੁਹਾਡੀ, ਹੈ ਨਾ। ਸੋ ਬਹੁਤ ਚੰਗੇ ਦੋਸਤ ਰਹੇ ਹੋ, ਸੋ ਕਿੱਦਾਂ ਤੁਹਾਡੀ ਮੁਲਾਕਾਤ ਹੋਈ ਸੀ ਅਤੇ ਕਿਵੇਂ ਦਾ ਮਤਲਬ ਕਿ ਤੁਹਾਡੇ ਨਾਲ ਸੀਗਾ ਉਹਨਾਂ ਦਾ? ਸੱਤੀ ਜੀ, ਜੇ ਸੱਚ ਪੁੱਛਦੇ ਹੋ ਤਾਂ ਤੁਸੀਂ ਬਿਲਕੁਲ ਸਮਕਾਲੀ ਸਹੀ ਲਫਜ਼ ਵਰਤਿਆ, ਕਿਉਂਕਿ ਮੇਰਾ ਬਰਥ 61 ਦਾ, ਸਰਦੂਲ ਜੀ ਦਾ ਵੀ 61 ਦਾ ਸੀ ਜੀ, ਭੱਲਾ ਸਾਹਿਬ ਦਾ 60 ਦਾ, ਜੱਸੀ ਦਾ ਵੀ 60 ਦਾ, ਮੈਂ ਕਿਹਾ 60-61 ਵਾਲੇ ਅਸੀਂ ਬੋਰਨ ਹੈਗੇ ਹਾਂ। ਔਰ ਤੁਸੀਂ ਪੁੱਛਿਆ ਵੀ ਪਹਿਲੀ ਮੁਲਾਕਾਤ, ਮੈਨੂੰ ਯਾਦ ਆ ਇੱਕ ਵਾਰੀ ਅਸੀਂ 80-81 ਦੀ ਗੱਲ ਹੋਏਗੀ, ਭੱਲਾ ਸਾਹਿਬ ਅਤੇ ਮੈਂ ਕੋਈ ਕਨਾਲ ਰੈਸਟ ਹਾਊਸ ਲੁਧਿਆਣੇ ਕੋਈ ਸਟੇਜ ਸ਼ੋਅ ਸੀਗਾ ਜੀ, ਉੱਥੇ ਐਂਕਰਿੰਗ ਕਰ ਰਹੇ ਸੀ ਭੱਲਾ ਸਾਹਿਬ ਅਤੇ ਮੈਂ। ਜਦੋਂ ਸਾਨੂੰ ਕਿਹਾ ਗਿਆ ਵੀ ਤੁਸੀਂ ਇੱਕ ਆਈਟਮ ਜਿਹੜੀ ਗੈਸਟ ਕਰਾ ਲਓਗੇ, ਅਤੇ ਭੱਲਾ ਜੀ ਕਹਿਣ ਲੱਗੇ ਵੀ ਇਹ ਲੜਕਾ ਜਿਹੜਾ ਕੌਣ ਆ, ਮੈਂ ਕਿਹਾ ਸਰਦੂਲ ਸਿਕੰਦਰ ਨਾਮ ਦੱਸਿਆ ਵਾ ਅਤੇ ਸੁਣੋ। ਤਾਂ ਅਸੀਂ ਫਿਰ ਸਟੇਜ ਦੀ ਬੈਕ ਦੇ ਉੱਪਰ, ਜਦੋਂ ਇੱਕ ਤਰ੍ਹਾਂ ਦਾ ਕਹੋ ਵੀ ਇੱਕ ਕੋਈ ਵੀ ਆਈਟਮ ਪੇਸ਼ ਕਰਦੇ ਵਾਰ ਤੁਸੀਂ ਤਸੱਲੀ ਲੈਣੀ ਚਾਹੁੰਦੇ ਹਾਂ ਕਿ ਮੈਂ ਸਟੇਜ 'ਤੇ ਪੇਸ਼ ਕਰਾਉਣੀ ਆ ਜੀ, ਅਤੇ ਜਦੋਂ ਉਹ ਇੱਕ ਮੈਨੂੰ ਯਾਦ ਆ ਸਟੇਜ ਦੀ ਬੈਕ 'ਤੇ ਅਸੀਂ ਖੜ ਕੇ ਰੋਡਵੇ ਦੀ ਲਾਰੀ ਨੂੰ ਕੁਛ ਸੁਣਿਆ, ਅਤੇ ਅਸੀਂ ਤਾਂ ਮੈਂ ਅਤੇ ਭੱਲਾ ਸਾਹਿਬ ਤਾਂ ਹੈਰਾਨ ਅਤੇ ਖੁਸ਼ ਹੋ ਗਏ ਵੀ ਇੰਨੀ ਵੀ ਆਈਟਮ, ਮੈਂ ਕਿਹਾ ਜਲਦੀ ਲਿਆਓ ਜੀ। ਅੱਛਾ ਜੀ। ਇਹਨਾਂ ਨੇ ਉਦੋਂ ਪਰਫੋਰਮ ਕੀਤਾ ਉੱਥੇ ਜੀ ਸਟੇਜ ਦੇ ਉੱਪਰ ਜੀ, ਅਤੇ ਸਾਰੇ ਦਰਸ਼ਕ ਜਿਹੜੇ ਆ ਆਸ਼ਿਸ਼ ਕਰ ਬੈਠੇ ਜੀ, ਅਤੇ ਫਿਰ ਅਸੀਂ ਮਤਲਬ ਉਹਨਾਂ ਦਿਨਾਂ 'ਚ ਦੂਰਦਰਸ਼ਨ 'ਤੇ ਸਟਰਗਲ ਕਰਦੇ ਸੀਗੇ ਜੀ ਜੀ, ਸਰਦੂਲ ਜੀ ਵੀ ਦੂਰਦਰਸ਼ਨ 'ਤੇ ਜਾਂਦੇ ਸੀ ਜੀ। ਸੋ ਸਾਡਾ ਜਿਹੜਾ ਵਾਹ ਵਾ ਉਹ 80-81 ਆਪਸ ਪੈ ਗਿਆ, ਅਸੀਂ ਹਲੇ ਛਨਕਾਟਾ ਨਹੀਂ ਸੀ ਲੈ ਕੇ ਆਏ ਜੀ, ਅਸੀਂ ਐਜ਼ ਅ ਕਮੇਡੀਅਨ ਟੀ ਵੀ ਦਾ ਇੱਕ ਸ਼ੋਅ ਸ਼ੁਰੂ ਕਰ ਲਿਆ ਸੀਗਾ ਦੂਰਦਰਸ਼ਨ 'ਤੇ, ਅਤੇ ਸਰਦੂਲ ਜੀ ਵੀ ਉਦੋਂ ਸਾਨੂੰ ਮਿਲੇ ਜੀ। ਮਤਲਬ ਕਿ ਇਹ ਆਪਾਂ ਸਾਰੇ ਮਤਲਬ ਜਿੰਨੇ ਵੀ ਦਰਸ਼ਕ ਨੇ ਜਾਣਦੇ ਨੇ ਕਿ ਓਵਰਨਾਈਟ ਸਟਾਰ ਉਦੋਂ ਬਣੇ ਸੀ ਜਦੋਂ ਰੋਡਵੇਜ਼ ਦੀ ਲਾਰੀ ਆਏ ਸੀ, ਹੈ ਨਾ, ਜਦੋਂ ਉਹ ਦੂਰਦਰਸ਼ਨ ਜਲੰਧਰ ਦੇ ਉੱਤੇ ਇੱਕ ਵਾਰ ਗਾਣਾ ਚੱਲਿਆ ਸੀਗਾ। ਬਿਲਕੁਲ, ਤੁਹਾਨੂੰ ਯਾਦ ਹੋਏਗਾ ਜਦੋਂ ਇੱਥੇ ਹੀ ਆਪਾਂ ਸੱਤ ਰੰਗ ਸਟੂਡੀਓ ਵਿੱਚ ਜੀ 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 ਆਪਾਂ ਇੱਕ ਵਾਰੀ ਸਰਦੂਲ ਜੀ ਨੂੰ ਇੰਟਰਵਿਊ ਕਰ ਰਹੇ ਸੀ ਭੱਲਾ ਸਾਹਿਬ ਅਤੇ ਮੈਂ ਜੀ, ਉਦੋਂ ਇਹੀ ਸਵਾਲ ਮੈਂ ਸਰਦੂਲ ਜੀ ਨੂੰ ਕੀਤਾ ਸੀਗਾ ਕਿ ਤੁਹਾਡਾ ਸਫ਼ਰ ਰੋਡਵੇ ਦੀ ਲਾਰੀ ਸ਼ੁਰੂ ਹੋਇਆ, ਉਹਦਾ ਜਵਾਬ ਬੜਾ ਖੂਬਸੂਰਤ ਸੀ, ਕਹਿੰਦੇ ਸ਼ਰਮਾ ਜੀ ਉਹ ਮੇਰੇ ਵਾਸਤੇ ਲਾਰੀ ਨਹੀਂ, ਜੰਬੋ ਜਹਾਜ਼ ਸੀ ਜਿਹਦੇ ਚੜ੍ਹ ਕੇ ਮੈਂ ਪੂਰੀ ਦੁਨੀਆ ਘੁੰਮਿਆ ਜੀ। ਅਤੇ ਵਾਕਈ ਜਿੱਦਣ ਉਹ ਸਪੁਰਦੇ ਖਾਕ ਹੋਏ ਆ, ਉੱਦਣ ਪਿੰਡ ਮੈਂ ਅਤੇ ਭੱਲਾ ਸਾਹਿਬ ਖੜ੍ਹੇ ਸੀਗੇ, ਉੱਦਣ ਮੇਰੇ ਮੂੰਹ ਇਹ ਨਿਕਲਿਆ ਕਿ ਇਸ ਪਿੰਡ ਦੀ ਮਿੱਟੀ ਤੋਂ
ਸ਼ੁਰੂ ਹੋਇਆ ਸਫ਼ਰ ਰੋਡਵੇ ਦੀ ਲਾਰੀ ਤੋਂ ਹੁੰਦਾ ਹੋਇਆ ਜੰਬੋ ਜਹਾਜ਼ 'ਤੇ ਦੁਨੀਆ ਘੁੰਮਾਉਂਦੇ ਹੋਇਆ ਇਸੇ ਮਿੱਟੀ 'ਚ ਆ ਕੇ ਖਤਮ ਹੋ ਗਿਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੱਸੀ ਜੀ ਨਾਲ ਕਿ ਤੁਹਾਡੇ ਨਾਲ ਜਿਹੜਾ ਸਫ਼ਰ ਕਦੋਂ ਤੋਂ ਉਹਨਾਂ ਦਾ ਮੇਲ ਮਿਲਾਪ ਹੋਇਆ ਸੀਗਾ ਜੀ? ਸੱਤੀ ਮੇਲ ਮਿਲਾਪ ਤਾਂ ਜਿੱਦਾਂ ਸ਼ਰਮਾ ਜੀ ਉਹਨਾਂ ਨੇ ਦੱਸਿਆ ਨਾ, ਰੋਡਵੇ ਦੀ ਲਾਰੀ ਤੋਂ ਹੀ ਸਾਰੇ ਉਸ ਇਨਸਾਨ ਦੇ ਅਸੀਂ ਫੈਨ ਹਾਂ, ਅਤੇ ਉਦੋਂ ਹੀ ਮੇਰੀ ਵੀ ਮੁਲਾਕਾਤ ਉਹਨਾਂ ਨਾਲ ਹੋਈ ਆ। ਫਿਰ ਉਹਨਾਂ ਦੇ ਗਾਣੇ, ਗੌਰਵ ਭਾਅ ਜੀ ਦਾ ਇੱਕ ਸ਼ੋਅ ਚੱਲਦਾ ਆ ਅਤੇ ਏਟੀਐਨ, ਹਾਂਜੀ ਗੌਰਵ ਏਟੀਐਨ ਚੈਨਲ 'ਤੇ ਜੀ, ਅਤੇ ਉਦੋਂ ਫਿਰ ਮੈਂ ਉਹਨਾਂ ਦੇ ਗਾਣੇ ਸ਼ੂਟ ਸ਼ੁਰੂ ਕਰਤੇ ਸੀਗੇ ਸ਼ੂਟਿੰਗ ਲਈ, ਅਤੇ ਭੰਗੜਾ ਟੌਪ ਪ੍ਰੋਗਰਾਮ ਸੀਗਾ ਜੀ। ਅਤੇ ਉਦੋਂ ਦਾ ਚੱਲਦਾ ਚੱਲਦਾ ਫਿਰ ਇੱਦਾਂ ਇੱਕ ਫੈਮਿਲੀ ਰਿਲੇਸ਼ਨ ਬਣ ਗਿਆ ਸਾਡਾ, ਅਤੇ ਕਿਉਂਕਿ ਉਦੋਂ ਬਾਅਦ ਫਿਰ ਉਹਨਾਂ ਦੇ ਗਾਣੇ ਜਿਹੜੇ ਸਨ, ਮੈਨੂੰ ਸਾਨੂੰ ਗਿਟਕਾਂ ਗਣ 'ਤੇ ਰੱਖ ਲੈ, ਮੇਰੀਆਂ ਦੇ ਮੇਰੀਆਂ ਸੰਗਰੂਰ ਸ਼ੂਟ ਕੀਤਾ ਜੀ ਅਸੀਂ, ਅਤੇ ਉਦੋਂ ਇਹ ਰੀਸ਼ੂਟ ਹੋਇਆ ਸਗੋਂ ਇਹ ਗਾਣਾ, ਪਹਿਲਾਂ ਹੀ ਕਿਤੇ ਉਹਨਾਂ ਨੇ ਕਰ ਲਿਆ ਹੋਣਾ ਰਜਿੰਦਰ ਮਾਨ ਜੀ ਨੇ, ਉਹ ਉਹਨਾਂ ਨੂੰ ਨਹੀਂ ਹੋਈ ਤਸੱਲੀ ਸਰਦੂਲ ਭਾਅ ਜੀ ਨੂੰ, ਅਤੇ ਫਿਰ ਦੁਬਾਰਾ ਰੀਸ਼ੂਟ ਹੋਇਆ ਜੀ ਉੱਥੇ ਹੀ ਜਾ ਕੇ, ਅਤੇ ਕਾਫੀ ਉਹਨਾਂ ਦੇ ਫਿਰ ਗਾਣੇ ਹੌਲੀ ਹੌਲੀ ਚੱਲ ਸੋ ਚੱਲ ਫਿਰ ਉਹਨਾਂ ਨਾਲ। ਕਿਹੜੇ ਈਅਰ ਦੀ ਗੱਲ ਹੈਗੀ ਜਿਹੜੇ ਇਹ ਤੁਸੀਂ ਗਾਣੇ ਦੀ ਗੱਲ ਕੀਤੀ? ਇਹ ਹੈਗੀ ਆ 94 ਦੀ ਗੱਲ ਜੀ, ਉਦੋਂ ਤੋਂ ਮਤਲਬ ਕਿ ਹਾਂਜੀ ਉਦੋਂ ਵੈਸੇ ਵੀ ਜਿੱਦਾਂ ਅੱਜ ਕੱਲ੍ਹ ਡਿਜੀਟਲ ਜ਼ਮਾਨਾ ਹੋ ਗਿਆ ਨਾ ਸ਼ਰਮਾ ਜੀ, ਉਦੋਂ ਤਾਂ ਲੋਅ ਬੈਂਡ ਸੀਗਾ, ਫਿਰ ਹਾਈ ਬੈਂਡ ਆਇਆ, ਹਾਈ ਬੈਂਡ ਤੋਂ ਫਿਰ ਬੀਟਾ, ਬੀਟਾ ਤੋਂ ਬਾਅਦ ਹੌਲੀ ਹੌਲੀ ਡਿਜੀਟਲ, ਮਤਲਬ ਉਦੋਂ ਉਹ ਸੀਗਾ। ਫਿਰ ਤੇਰਾ ਲਿਖ ਦੂ ਸਵੈਦਿਆਂ ਤੇ ਨਾ ਦੁਗਾਣੇ ਵਿੱਚ ਵੀ ਉਹਨਾਂ ਨੇ ਜੋ ਨੂਰੀ ਜੀ ਨਾਲ ਗਾਏ ਆ ਸਤੀ ਜੀ, ਉਹ ਦੁਗਾਣੇ ਆਪਣੇ ਬਹੁਤ ਵੱਡੇ ਜੀ ਮਤਲਬ ਸਿੱਧ ਹੋਏ ਆ ਇੱਕ, ਬਿਲਕੁਲ ਬਹੁਤ ਇੱਕ ਵੱਡਾ, ਜਿੰਨੇ ਵੀ ਗਾਣੇ ਆਏ ਤਕਰੀਬਨ ਸਾਰੇ ਹਿੱਟ ਹਿੱਟ, ਇੱਕ ਮੰਨੀ ਪਰ ਮੰਨੀ ਜੋੜੀ ਡਿਊਟ ਦੇ ਵਿੱਚ ਵੀ, ਭਾਵੇਂ ਸੋਲੋ ਦੇ ਵਿੱਚ ਵੀ ਗੱਲ ਕਰ ਲਈਏ। ਤੁਸੀਂ ਨੋਟ ਕੀਤਾ ਕਿ ਹੁਸਨਾ ਦੇ ਮਾਲਕੋ ਜੀ ਇੰਨਾ ਹਿੱਟ ਗੀਤ ਸੀਗਾ, ਉਸ ਗੀਤ ਦਾ ਇੱਕ ਇੱਕ ਲਫ਼ਜ਼ ਤੋਲਣ ਵਾਲਾ, ਉਸ ਗੀਤ ਦੀ ਲਾਈਨ ਆ ਜਿਹਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ, ਅੱਜ ਦੀ ਸੰਦਰਭ ਵਿੱਚ ਕਿਸਾਨ ਅੰਦੋਲਨ ਦੀ ਗੱਲ ਕਰ ਲਓ, ਸਰਕਾਰ ਦੀ ਗੱਲ ਕਰ ਲਓ, ਇਹ ਗੱਲ ਹੱਲੇ ਵੀ ਕਿੰਨੀ ਇਸ ਵੇਲੇ ਮਤਲਬ ਅੱਜ ਵੀ ਵੈਲਿਡ ਆ। ਕੱਲੇ ਅਸ਼ੋਕ ਭਰਾ ਜੀ ਨੇ ਵੀ ਲਿਖਿਆ ਇਸ ਇਹ ਲਾਈਨ, ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ, ਐਡੇ ਵਧੀਆ ਬੋਲ ਕੌਣ ਪੇਸ਼ ਕਰੂ ਜੀ। ਅਤੇ ਸ਼ਰਮਾ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ, ਜਿਵੇਂ ਕਿ ਤੁਸੀਂ ਸਮਕਾਲੀ ਆਪਾਂ ਪਹਿਲਾਂ ਯੂਜ਼ ਕਰ ਰਹੇ ਹਾਂ ਨਾ ਵਰਡ, ਅਤੇ ਬਹੁਤ ਸਾਰੇ ਸ਼ੋਜ਼ ਤੁਸੀਂ ਇੱਥੇ ਇੰਡੀਆ ਦੇ ਵਿੱਚ ਵੀ ਅਤੇ ਅਬਰੋਡ ਦੇ ਵਿੱਚ ਵੀ ਬਹੁਤ ਸਾਰੇ ਕੀਤੇ ਹੋਣੇ ਹਨ, ਇਕੱਠਿਆਂ ਵੀ ਬਹੁਤ ਕੀਤੇ, ਕਿਉਂਕਿ ਜਦੋਂ ਵੀ ਇੱਥੋਂ ਪੰਜਾਬ ਦੇ ਵਿੱਚ ਕੋਈ ਸ਼ੋਅ ਹੁੰਦਾ ਤਾਂ ਬਹੁਤ ਸਾਰੇ ਆਰਟਿਸਟ, ਮਲਟੀ ਆਰਟਿਸਟ ਜਾਂਦੇ ਹਨ, ਪ੍ਰਮੋਟਰ ਉੱਥੇ ਬੁਲਾਉਂਦੇ ਨੇ ਅਤੇ ਸ਼ੋਜ਼ ਕਰਦੇ ਆ, ਅਤੇ ਉਦੋਂ ਦੀਆਂ ਕੋਈ ਯਾਦਾਂ ਜਿਹੜੀਆਂ ਹੁਣ ਖਾਸ? ਸੱਚ ਪੁੱਛੋ ਸੱਤੀ ਜੀ, ਸਾਡੀ ਜਿਹੜੀ ਪਰਿਵਾਰਕ ਸਾਂਝ ਹੈ ਨਾ ਜੀ, ਉਹਦਾ ਆਧਾਰ ਸਾਡੇ ਇੰਟਰਨੈਸ਼ਨਲ ਸ਼ੋਜ਼ ਹੀ ਆ ਜੀ। 92-95 ਜੱਸੀ ਜੱਸੀ ਸ਼ੁਰੂ ਹੋਏ ਆ, ਮਨਿੰਦਰ ਗਿੱਲ ਜੀ ਬਹੁਤ ਵੱਡੇ ਪ੍ਰਮੋਟਰ ਜੀ ਜੀ ਕੈਨੇਡਾ ਵਿੱਚ, ਉਹਨਾਂ ਨੇ ਵਿਸਾਖੀ ਵਾਸਤੇ ਵੱਡੇ ਸ਼ੋਅ, ਮੈਗਾ ਸ਼ੋਅ ਹੁੰਦੇ ਸੀਗੇ, ਚਰਨਜੀਤ ਅਹੁਜਾ ਜੀ ਸਾਡੇ ਡਾਇਰੈਕਟਰ ਹੁੰਦੇ ਸੀ ਮਿਊਜ਼ਿਕ ਦੇ, ਉਹਨਾਂ ਦੀ ਅਗਵਾਈ ਵਿੱਚ ਹੰਸ ਰਾਜ ਹੰਸ ਜੀ, ਸਰਦੂਲ ਜੀ, ਬਹੁਤ ਵੱਡੀ ਚੜ੍ਹਾਈ ਸੀ ਇਹਨਾਂ ਦੀ, ਅਤੇ ਉਦੋਂ ਇਹਨਾਂ ਨੇ ਸਾਡੇ ਨਾਲ ਜਾਇਆ ਕਰਨਾ, ਦਵਿੰਦਰ ਖੰਨੇਵਾਲਾ ਜੀ, ਹਰਦੀਪ ਬਾਈ ਜੀ ਸਾਡੇ ਬਿੱਟੀ, ਸੋ ਵੱਡੇ ਗਰੁੱਪ 'ਚ ਕਮੇਡੀ ਦਾ ਜਿਹੜਾ ਉਹ ਜਮਾ ਭੱਲਾ ਜਿੱਤੇ ਮੈਨੂੰ ਮਿਲਦਾ ਸੀ, ਔਰ ਜਦੋਂ ਅਸੀਂ ਵਿਚਰਨਾ ਤਾਂ ਸਾਡਾ ਇੱਕ ਨਾ ਸਬ ਗਰੁੱਪ ਇੱਕ ਕਹਿ ਲਓ, ਯਾਨੀ ਨੂਰੀ ਜੀ ਜੀ ਅਤੇ ਭੱਲਾ ਜੀ ਦੇ ਵਾਈਫ ਪਰਮਦੀਪ ਭਾਬੀ, ਮੇਰੇ ਵਾਈਫ ਕੰਚਨ ਗਰੁੱਪ ਬਣ ਗਿਆ, ਫਿਰ ਮੇਰਾ ਬੇਟਾ ਹਿਮਾਂਕ, ਭੱਲੇ ਦਾ ਬੇਟਾ ਪੁਖਰਾਜ, ਸਾਰੰਗ ਅਲਾਪ, ਸਰਦੂਲ ਦੇ ਬੱਚੇ ਸਾਰੇ ਗਰੁੱਪ ਬਣ ਗਿਆ ਮੇਰੀ ਬੇਟੀ ਨਾਲ, ਸੋ ਅਸੀਂ ਜਦੋਂ ਇੰਟਰਨੈਸ਼ਨਲ ਟੂਰ 'ਤੇ ਜਾਂਦੇ ਸੀਗੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮੈਰੀਕਾ, ਇੰਗਲੈਂਡ, ਅਤੇ ਉਹਨਾਂ ਸ਼ੋਆਂ ਦੇ ਵਿੱਚ ਹੁਣ 2 ਦਿਨ ਸ਼ੋਅ ਹੁੰਦੇ ਵੀਕਐਂਡ 'ਤੇ, ਅਤੇ ਬਾਕੀ 5 ਦਿਨ ਅਸੀਂ ਇਕੱਠਿਆਂ ਸ਼ੋਪਿੰਗ ਕਰਨੀ, ਹੋਟਲ 'ਚ ਇਕੱਠੇ ਰਹਿਣਾ, ਉਹ ਜਿਹੜੀ ਸਾਂਝ ਬਣ ਗਈ ਨਾ, ਉਸ ਕਰਕੇ ਦੁਨੀਆਂ ਦਾ ਘਾਟਾ ਪਿਆ ਹੀ ਆ, ਪਰ ਭੱਲਾ ਜੀ ਅਤੇ ਮੇਰੇ ਪਰਿਵਾਰ ਨੂੰ ਇਹ ਬਹੁਤ ਵੱਡਾ ਘਾਟਾ ਪਿਆ ਜੀ। ਬਿਲਕੁਲ, ਵੈਸੇ ਬਹੁਤ, ਕਿਉਂਕਿ ਜਦੋਂ ਆਪਾਂ ਇੰਟਰਵਿਊ ਤੁਸੀਂ ਚੈਨਲ 7 ਰੰਗ ਦੇ ਉੱਤੇ ਪਹਿਲਾਂ 3 ਨੇ ਇਕੱਠੇ ਕਰਕੇ, ਮੈਂ ਪਹਿਲਾਂ ਵੀ ਆਪਣੇ ਮਤਲਬ ਕਿ ਚੈਨਲ ਦੇ ਉੱਤੇ ਵੀ ਦੱਸਿਆ, ਪਿੱਛੇ ਜੇ ਹੁਣ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਇੱਕ ਵੀਡੀਓ ਪੋਸਟ ਕੀਤੀ ਸੀਗੀ ਹੈ ਨਾ, ਜਿਸ ਦੇ ਵਿੱਚ ਕਿ ਤੁਸੀਂ ਆਪਣੇ ਵੱਲੋਂ ਮੈਸੇਜ ਦਿੱਤਾ ਸੀਗਾ ਭੱਲਾ ਅੰਕਲ ਦੇ ਨਾਲ ਮਿਲ ਕੇ, ਅਤੇ ਦੋਵਾਂ ਨੇ ਮਤਲਬ ਕਿ ਮੈਸੇਜ ਦਿੱਤਾ, ਅਤੇ ਉਸ ਵੀਡੀਓ ਨੂੰ ਮੈਂ ਮਤਲਬ ਕਿ ਹੋਸਟ ਕਰਕੇ ਦੱਸਿਆ ਸੀਗਾ ਉਹਦੇ ਵਿੱਚ ਕਿ ਮੇਰੀ ਵੀ ਦਿਲੀ ਇੱਛਾ ਸੀਗੀ ਇਹ ਕਿ ਮੈਂ ਉਹਨਾਂ ਦੀ ਇੱਕ ਵਾਰ ਇੰਟਰਵਿਊ ਕਰਾਂ, ਬਟ ਜਿਹੜੀ ਤੁਹਾਡੀ ਵਾਲੀ ਸੀਗੀ ਇੰਟਰਵਿਊ, ਉਹ ਸ਼ਾਇਦ ਮਤਲਬ ਕਿ ਇੱਕ ਐਸੀ ਇੰਟਰਵਿਊ ਸੀਗੀ, ਤਿੰਨਾਂ ਨੇ ਖੁੱਲ੍ਹ ਕੇ ਗੱਲਬਾਤ ਪੁਰਾਣੇ ਸਮੇਂ ਨੂੰ ਹੈ ਨਾ ਯਾਦ ਕਰਦਿਆਂ ਹੋਇਆ, ਬਹੁਤ ਸਾਰੀਆਂ ਵਧੀਆ ਗੱਲਾਂ ਸੀ ਜੋ ਲੋਕਾਂ ਨੇ ਬਹੁਤ ਸਾਰੀਆਂ ਪਸੰਦ ਵੀ ਕੀਤੀਆਂ ਸੀਗੀਆਂ। ਅਤੇ ਹੁਣ ਮੈਂ ਤੁਹਾਡੇ ਨਾਲ ਕਰਦਾ ਕਿ ਜਿਵੇਂ ਵੀਡੀਓਜ਼ ਤੁਸੀਂ ਬਹੁਤ ਸਾਰੇ ਕੀਤੇ ਨੇ, ਹਾਲਾਂਕਿ ਬਹੁਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਐਸਾ ਕੋਈ ਆਰਟਿਸਟ ਨਹੀਂ ਹੈਗਾ ਜਿਨ੍ਹਾਂ ਦੇ ਸ਼ਾਇਦ ਤੁਸੀਂ ਵੀਡੀਓਜ਼ ਨਹੀਂ ਕੀਤੇ ਹੈ ਨਾ, ਆਪਾਂ ਸਾਰੇ ਜਾਣਦੇ, ਅਤੇ ਪਰ ਆਪਾਂ ਅੱਜ ਸਰਦੂਲ ਸਿਕੰਦਰ ਜੀ ਬਾਰੇ ਹੀ ਗੱਲ ਕਰਨੀ, ਕਿਉਂਕਿ ਆਪਾਂ ਡੈਡੀਕੇਟਿਡ ਸ਼ੋਅ ਉਹਨਾਂ ਨੂੰ ਹੀ ਕਰ ਰਹੇ ਹਾਂ।
ਸੋ ਕੋਈ ਵੀਡੀਓ ਦੇ ਦੌਰਾਨ ਕੋਈ ਐਸੀ ਯਾਦਗਾਰ ਜੁੜੀ ਹੋਈ ਹੋਵੇ? ਅਤੇ ਵੀਡੀਓ ਦੇ ਹਰ ਵੀਡੀਓ ਦੇ ਵਿੱਚ ਬਹੁਤ ਯਾਦਾਂ ਹੈ ਉਹਨਾਂ ਨਾਲ ਸਾਡੀਆਂ, ਬਹੁਤ ਮਤਲਬ ਸਾਂਝ, ਕਿਉਂਕਿ ਉਹ ਇੱਕ ਇਕੱਲੇ ਸਿੰਗਰ ਨਹੀਂ ਸੀਗੇ, ਬਹੁਤ ਕਮੇਡੀਅਨ, ਬਹੁਤ ਬਹੁਤ ਪਿਆਰੇ ਸੀ, ਬਿਲਕੁਲ ਸ਼ਾਨਦਾਰ, ਅਤੇ ਫਿਰ ਲੋਕਾਂ ਦੀ ਮਦਦਗਾਰ ਕਰਨ ਵਾਲੇ ਇਨਸਾਨ ਸੀਗੇ ਜੀ। ਅਤੇ ਮਤਲਬ ਮੈਂ ਕਹਿੰਦਾ ਵੀ ਜਦੋਂ ਗਾਣਾ ਸ਼ੂਟ ਕੀਤਾ ਤੂੰ ਵੀ ਇਕੱਲੀ ਇਕੱਲੀ, ਅਸੀਂ ਵੀ ਇਕੱਲੇ ਇਕੱਲੇ, ਦਿਲ ਕਿਉਂ ਬਟਾਣਾ ਬਟਾਲਾ ਆਪਾਂ ਚੱਲੇ। ਅਤੇ ਅਸੀਂ ਸਾਰਾ ਸੈੱਟ ਲਾਇਆ ਹੋਇਆ ਜੀ ਸਾਰਾ, ਉੱਥੇ ਸ਼ਮਸ਼ੇਰ ਸੰਧੂ ਭਾਅ ਜੀ ਦਾ ਪ੍ਰੋਗਰਾਮ ਸੀਗਾ, ਮੇਲਾ ਮੇਲੀਆਂ ਦਾ, ਟੀ ਸੀਰੀ ਦਾ, ਅਤੇ ਸਾਰੇ ਸੈੱਟ ਲੱਗਿਆ ਹੋਇਆ ਸਾਰਾ, ਅਸੀਂ ਵੇਟ ਕਰ ਰਹੇ ਸੀ, ਫੋਨ ਕਰਿਆ, ਮਤਲਬ ਲਾਈਟਿੰਗ ਹੋਈ ਆ ਸਾਰਾ ਕੁਛ, ਅਤੇ ਆਪ ਸਾਈਡ 'ਤੇ ਖੜ੍ਹੇ ਸਾਨੂੰ ਫੋਨ ਕਰਤਾ ਵੀ ਮੈਂ ਨਹੀਂ ਆ ਸਕਦਾ, ਵੀ ਮੇਰਾ ਤਾਂ ਸ਼ੋਅ ਆ ਗਿਆ। ਹੁਣ ਦੇਖੋ ਜੀ ਟੀ ਸੀਰੀ ਦਾ ਯੂਨਿਟ ਸਾਰਾ ਆਇਆ ਹੋਇਆ ਅਤੇ ਸਾਰਾ ਖਰਚਾ ਹੋਇਆ, ਅਤੇ ਮਤਲਬ ਆ ਕੇ ਸਾਈਡ 'ਤੇ ਬੈਠੇ ਕੋਲ ਸਾਡੇ, ਮਤਲਬ ਹਾਂਜੀ ਵੀ ਉਹ ਇੱਦਾਂ ਦੇ ਮਤਲਬ ਸਾਨੂੰ ਪਲ ਯਾਦ ਰਹਿੰਦੇ ਹਰ ਹੁਣ ਵੀ। ਅਤੇ ਇੱਕ ਵਾਰੀ ਸ਼ਰਮਾ ਜੀ ਸਾਡੇ ਘਰ ਅਸੀਂ ਪਾਠ ਰਖਾਇਆ ਸੀਗਾ, ਅਤੇ ਮੈਂ ਨੂਰੀ ਭੈਣ ਜੀ ਸਾਰਿਆਂ ਨੂੰ ਇਨਵਾਈਟ ਕੀਤਾ ਮਤਲਬ ਅਸੀਂ ਗਏ, ਹਾਂਜੀ। ਅਤੇ ਵੈਸੇ ਤੁਹਾਨੂੰ ਇਹ ਵੀ ਦੱਸ ਦਿੰਦੇ ਸ਼ਰਮਾ ਜੀ ਸਾਡੂ ਲੱਗਦੇ ਸੀ ਮੇਰੇ ਜੀ, ਤੁਹਾਡੇ ਸਹੁਰੇ ਇਕੱਠੇ ਸਹੁਰੇ ਇੱਕ ਕੰਧ ਮਤਲਬ, ਹਾਂਜੀ। ਅਤੇ ਉਹ ਜਦੋਂ ਵੀ ਨੂਰੀ ਭੈਣ ਜੀ ਤਾਂ ਮੈਨੂੰ ਜੀਜਾ ਜੀ ਕਹਿੰਦੇ ਸੀ ਕਿ ਮੈਂ ਸਗੋਂ ਕਹਿ ਕਰਨਾ ਵੀ ਨਾ ਤੁਸੀਂ ਇਹ ਨਾ ਕਿਹਾ ਕਰੋ, ਉਹ ਕਹਿੰਦੀ ਨਹੀਂ ਜੋ ਹੁਣ ਰਿਸ਼ਤਾ ਹੈ ਉਹ ਤਾਂ ਹੈ ਹੀ ਆ, ਅਤੇ ਮਤਲਬ ਪੌੜੀਆਂ ਆਪ ਨੀਚੇ ਖੜ੍ਹੇ ਆ, ਅਤੇ ਮੈਨੂੰ ਫੋਨ ਕਰਤਾ, ਲੈਂਡਲਾਈਨ ਸੀਗਾ ਘਰ, ਫੋਨ ਕਰਤਾ ਵੀ ਮੈਂ ਨਹੀਂ ਆ, ਮੈਂ ਨਹੀਂ ਆ ਸਕਦਾ, ਅਤੇ ਵੀ ਨੂਰੀ ਨਹੀਂ ਆ ਰਹੇ ਆ, ਮੈਂ ਨਹੀਂ ਆ ਰਿਹਾ, ਮੈਂ ਸਗੋਂ ਕਿਹਾ ਮੈਂ ਭਾਅ ਜੀ ਇਹ ਥੋੜ੍ਹੀ ਗੱਲ ਹੁੰਦੀ ਹੈ, ਤੁਸੀਂ ਉਹਨੇ ਕਹਿੰਦਾ ਨਹੀਂ ਯਾਰ ਮੈਨੂੰ ਪ੍ਰੋਗਰਾਮ ਆ ਗਿਆ, ਮੈਂ ਸੋਰੀ। ਮੈਂ ਚਲੋ ਨੂਰੀ ਭੈਣ ਜੀ ਅਤੇ ਇਹ ਆਪਣਾ ਸਾਰੰਗ ਅਤੇ ਅਲਾਪ ਬਹੁਤ ਛੋਟੇ ਛੋਟੇ ਹੁੰਦੇ ਸੀਗੇ, ਅਤੇ ਇਹ ਆ ਗਏ ਅੰਦਰ ਅਤੇ ਬੈਠੇ, ਅਤੇ ਹਰਦੀਪ ਭਾਅ ਜੀ ਵੀ ਉੱਥੇ ਸੀਗੇ ਸਾਰੇ, ਮਤਲਬ ਅਸੀਂ ਪਤਾ ਨਹੀਂ ਕਦੋਂ ਅਚਾਨਕ ਮੇਰੇ ਆ ਕੇ ਪਿੱਛੇ ਬੈਠ ਗਏ, ਸਰਪ੍ਰਾਈਜ਼ ਸਰਪ੍ਰਾਈਜ਼, ਮਤਲਬ ਬਹੁਤ ਜਿਹੜੀਆਂ ਖੂਬਸੂਰਤ ਯਾਦਾਂ ਹੈ ਨਾ, ਮੈਨੂੰ ਵੀ ਯਾਦ ਆ, ਅੱਜ ਵੀ ਫੋਟੋਆਂ ਮੇਰੇ ਕੋਲ ਪਈਆਂ ਜੀ, ਅਤੇ ਅਸੀਂ ਮੈਂ ਸਤਵੀਰ ਨੂੰ ਕਹਾਂਗਾ ਵੀ ਉਹ ਜ਼ਰੂਰ ਥੋੜ੍ਹੀਆਂ ਫੋਟੋਆਂ, ਬਿਲਕੁਲ ਮੈਨੂੰ ਪਤਾ, ਮੈਂ ਮਤਲਬ ਕਿ ਚਲੋ ਇਹ ਖੈਰ ਆਪਾਂ ਔਨ ਕੈਮਰਾ ਜਿਹੜੀ ਹੈਗੀਆਂ ਗੱਲਾਂ ਹੈ ਨਾ ਰਹਿ ਜਾਂਦੀ, ਕਿਉਂਕਿ ਯਾਦਾਂ ਹੈਗੀਆਂ, ਛੋਟਾ ਹੁੰਦਾ ਸੀਗਾ ਮੈਂ ਵੀ, ਇਹ ਸਾਰੀਆਂ ਚੀਜ਼ਾਂ ਨੇ ਮੈਨੂੰ ਯਾਦ ਆ ਕਿ ਮੇਰੇ ਤਾਇਆ ਜੀ ਦੀ ਬੇਟੀ ਦਾ ਹੈ ਨਾ ਵੱਡੀ ਸਿਸਟਰ ਦਾ ਉਹਨਾਂ ਦਾ ਵਿਆਹ ਸੀਗਾ, ਅਤੇ ਪਿੰਡ ਦੇ ਵਿੱਚ ਮਤਲਬ ਇਹਨਾਂ ਨੇ ਅਖਾੜਾ ਲਗਾਇਆ, ਬਹੁਤ ਸਾਰੇ ਆਰਟਿਸਟ ਆਏ ਅਤੇ ਹੈ ਨਾ, ਬਹੁਤ ਸਾਰੇ ਆਰਟਿਸਟ ਆਏ ਅਤੇ ਇਹਨਾਂ ਨੇ ਸਪੈਸ਼ਲੀ ਜਦੋਂ ਆ ਕੇ ਉੱਥੇ ਲਗਾਇਆ ਪ੍ਰੋਗਰਾਮ, ਅੱਜ ਵੀ ਫੋਟੋਆਂ ਜਾਂ ਵੀਡੀਓਜ਼ ਦੇਖਦੇ ਹਾਂ ਤਾਜ਼ੀਆਂ ਹੋ ਜਾਂਦੀਆਂ ਯਾਦਾਂ, ਅਤੇ ਬਹੁਤ ਵੈਸੇ ਵੀ ਇਨਸਾਨੀਅਤ ਦੇ ਤੌਰ ਦੇ ਉੱਪਰ ਵੀ ਬਹੁਤ ਚੰਗੇ ਇਨਸਾਨ, ਇਕੱਲੇ ਉਹਨਾਂ ਦੇ ਨਹੀਂ ਮਤਲਬ ਲੋਕ ਵੀ ਬਹੁਤ ਮਤਲਬ ਫੈਨ ਸੀਗੇ, ਇੰਨੇ ਪਿਆਰੇ ਮਤਲਬ ਕਰਦੇ ਸੀ। ਮੈਂ ਸ਼ਰਮਾ ਤੁਹਾਨੂੰ ਇੱਕ ਹੋਰ ਆਪਣੇ ਤੁਹਾਨੂੰ ਦੱਸ ਦੇਣਾ ਜੀ, ਚਿੰਤਪੂਰਨੀ ਅਸੀਂ ਗਏ ਉਹਨਾਂ ਦੀਆਂ ਭਾਅ ਜੀ ਉਹਨਾਂ ਦੀਆਂ ਭੇਟਾਂ ਸ਼ੂਟ ਕਰ, ਹਾਂਜੀ, ਅਤੇ ਚਿੰਤਪੂਰਨੀ ਮੰਦਿਰ ਉੱਥੇ ਗਏ ਤਾਂ ਅਸੀਂ ਸ਼ੂਟ ਕਰ ਰਹੇ, ਅਸੀਂ ਪਹਿਲਾਂ ਪੁੱਛਿਆ ਵੀ ਪਰਮਿਸ਼ਨ, ਉਹ ਸਾਨੂੰ ਪ੍ਰੀਤਮ ਪ੍ਰਕਾਸ਼ ਹੋਣੀ ਕਹਿੰਦੇ ਵੀ ਉਹ ਪੋਲਾ ਰਾਮ ਨੇ ਪਰਮਿਸ਼ਨ ਲੈ ਲਈ ਵੀ ਤੁਸੀਂ ਸ਼ੁਰੂ ਕਰ ਲਓ, ਅਤੇ ਅਸੀਂ ਸ਼ੂਟ ਸ਼ੁਰੂ ਕਰ ਲਿਆ ਜੀ, ਕਰਦੇ ਰਹੇ ਤਾਂ ਉਹਨਾਂ ਦੇ ਕੁਛ ਬੰਦੇ ਆਏ ਟਰੱਸਟ ਦੇ ਜਿਹੜੇ ਉੱਥੇ ਮੰਦਿਰ ਦੀ ਕਮੇਟੀ ਦੇ, ਉਹ ਆ ਕੇ ਜੀ ਉਹਨਾਂ ਨੇ ਬੰਦ ਕਰੋ ਬੰਦ ਕਰੋ, ਇਹ ਤੁਹਾਨੂੰ ਕਿਹਨੇ ਪਰਮਿਸ਼ਨ ਦਿੱਤੀ ਹੈ, ਕਾਫੀ ਅਸੀਂ ਸਾਰੇ ਹੋ ਗਏ, ਕੈਮਰਾ ਚੱਕੋ ਜੀ ਇਹਨਾਂ ਦਾ ਅੰਦਰ ਕਰ ਦਿਉ ਫਲਾਣਾ, ਮਤਲਬ ਕਾਫੀ ਉਹਨਾਂ ਨੇ ਮਾਹੌਲ ਥੋੜ੍ਹਾ ਜਿਹਾ ਇੱਦਾਂ ਦਾ ਖਰਾਬ ਕਰਤਾ, ਮਤਲਬ ਸਾਨੂੰ ਇਹ ਸੀਗਾ ਵੀ ਸਰਦੂਲ ਭਾਅ ਜੀ ਸਟਾਰ ਬੰਦੇ ਹੈ ਨਾ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਯਾਰ ਬ੍ਰਦਰ ਇੱਕ ਮਿੰਟ ਗੱਲ ਤਾਂ ਸੁਣੋ ਵੀ ਸਾਡੇ ਕੋਲ ਸਾਰਾ ਕੁਛ ਪਰਮਿਸ਼ਨ, ਨਹੀਂ ਨਹੀਂ ਕਿੱਥੇ ਦਿਖਾਓ ਜੇ ਵੋ, ਅਤੇ ਨੂਰੀ ਭੈਣ ਜੀ ਸਾਰੇ ਮਤਲਬ ਦੇਖੋ ਇੱਕ ਐਡਾ ਵੱਡਾ, ਹਾਂ ਸਾਰੇ ਸ਼ੌਕ ਇੰਨਾ ਲੱਗਾ ਮਤਲਬ ਸਾਰੇ ਹਿੱਲ ਗਏ ਜੀ, ਅਤੇ ਨਹੀਂ ਨਹੀਂ ਅੰਦਰ ਚੱਲੋ ਜੀ ਪ੍ਰਧਾਨ ਸਾਹਿਬ ਨੂੰ ਗੱਲ ਕਰੋ ਫਲਾਣਾ, ਇੱਧਰ ਚੱਲੋ ਜੀ ਇੱਧਰ, ਅਤੇ ਪਤਾ ਨਹੀਂ ਭਾਅ ਜੀ ਨੇ ਕਿਹਨਾਂ ਨੂੰ, ਭਾਅ ਜੀ ਕਹਿੰਦੇ ਕੋਈ ਨਹੀਂ ਚਲੋ ਜਿਹਨੂੰ ਮਿਲਣਾ ਆਪਾਂ ਮਿਲ ਲੈਣੇ ਵੀ ਚਲੋ, ਮੈਨੂੰ ਭਾਅ ਜੀ ਉਹਨਾਂ ਨੇ ਕਿਸੇ ਨੂੰ ਫੋਨ ਕੀਤਾ ਜੀ, ਮੈਨੂੰ ਇਹ ਨਹੀਂ ਪਤਾ ਕਿਹਨੂੰ ਕੀਤਾ, ਅਤੇ ਜਦੋਂ ਅਸੀਂ ਅੰਦਰ ਗਏ ਤਾਂ ਅੰਦਰ ਪ੍ਰਧਾਨ ਸਾਹਿਬ ਜਿਹੜੇ ਜਿਹਦਾ ਡਰਾਬਾ ਸਾਨੂੰ ਦਿੱਤਾ ਹੋਇਆ ਸੀ ਨਾ, ਉਹ ਅੱਗੇ ਮਤਲਬ ਇੱਦਾਂ ਖੜ੍ਹਾ ਜੀ, ਅਤੇ ਚਾਹ ਸਾਰਾ ਸਿਸਟਮ ਲਾਇਆ ਹੋਇਆ ਜੀ ਉਹਨਾਂ ਨੇ, ਅਤੇ ਅਸੀਂ ਕਿਹਾ ਵੀ ਕਿੱਦਾਂ, ਉਹ ਕਹਿੰਦੇ ਵੀ ਸਾਡੀ ਨਾ ਦਿਲੋਂ ਤਮੰਨਾ ਸੀ ਵੀ ਅਸੀਂ ਸਰਦੂਲ ਭਾਅ ਜੀ ਨਾਲ ਬੈਠ ਕੇ ਚਾਹ ਪੀਣੀ ਹੈ, ਵੀ ਜੇ ਇਹਨਾਂ ਨੂੰ ਅਸੀਂ ਉੱਦਾਂ ਜਾਂਦੇ ਇਹਨਾਂ ਦੇ ਕੋਲ ਜਾਂਦੇ ਇਹਨਾਂ ਨੇ ਆਉਣਾ ਨਹੀਂ ਸੀਗਾ, ਅਤੇ ਇਹ ਮੁੰਡਿਆਂ ਨੇ ਕਹਿੰਦਾ ਕਰਦੇ ਵੀ ਉਹ ਕਹਿੰਦੇ ਸੀ ਮੈਂ ਮਾਫ਼ੀ ਮੰਗਦਾ ਵੀ ਇਹ, ਹਾਂਜੀ ਹਾਂਜੀ ਵੀ ਬਾਕੀ ਹੈ ਜ਼ਰੂਰ ਸੀਗਾ ਵੀ ਉਹ ਥਰੈਟ ਦਾ ਸੀਗਾ ਮੰਦਰਾਂ 'ਤੇ, ਉਹ ਥੋੜ੍ਹਾ ਜਿਹਾ ਉਹ ਹੋਇਆ ਸੀਗਾ, ਉਹ ਕਹਿੰਦੇ ਸੀ ਵੀ
कित बहर लीक ना हो परमिशन दिखा दो, पर उन्होंने बाद परमिशन भी दिखाती, पर लोग इदा फैन से कि मतलब कि लैके जा लैके गए तो चाह पानी कि माता के भेटा की जिक्र किया। तो सत्ती जी बहुत पुरानी गल है मेरे ख्याल 95-96 की होनी है, साढ़े पिंड लोहिया ना जगराता कमेटी ने फैसला किया भी सरदूल सिकंदर जी ने बुला जी, तो कुदरती जिम्मेवारी मेरी लगनी सी जी। मैं फोन किया मैं भाजी पिंड वालों की इच्छा वा जगराता तुम आना, और मेरे माता जी इच्छा हैगी कि पहला तुम मेरे घर जी। तो सत्ती जी देखो इन्नी मतलब हंबल से इन्नी उन्होंने मतलब कह लो भी जमीन जुड़े पहला एडवांस पहुँच गए, कहते पहला माता जी मिली, मेरे मदर ने मिले, मेरे मदर ने इन्ना उन्होंने प्यार किया, तो कले कले जीन बह के फोटो खिंचाइया, दो तीन भेटा माणू घरे चलातियां जी। उदू बाद जगराते के रात गए हैं, उन्होंने सत्कार बड़ा करते थे। ये जो पक्ष है ना वो पक्ष उन्होंने इन्ना क दुनिया ने जो हम पूरे हुए ना जी, पिंड लोकी देखे इन्नी भीड़ भड़क इना देख के सानू लगा भी सरदूल सिकंदर मासज का एक महबूब कलाकार नहीं सी, एक बहुत बड़ा इंसान इदा सिकंदर सिंह जी। बिल्कुल मैं खुद अपने मतलब कि जो गल करा मैं जो उन्होंने घर पहुँचे पहला तो उत्थे देखा कि इन्ना क ज़्यादा कट लोग बहुत रो रहे थे, है ना जिहड़े दिलों प्यार करते हैं ना वो मतलब कि कंट्रोल नहीं कर सकते उस टाइम अपने इमोशनस। तो उस तो बाद जो अंदर गए तो अंदर सारे आर्टिस्ट बैठे वो भी सारे मतलब कि बहुत ज़्यादा सैड हुए हुए थे, है ना भावुक हुए हुए थे सारे। तो जो फिर उस घरों चले तो खन्ना शहर के विचों निकल रही थी ਮਤਲਬ ਖਬਰ ਜਿਹੜੀ ਸਾਰੇ ਮੀਡੀਆ ਨੂੰ ਸਰਦੂਲ ਭਾਜੀ ਦਾ ਕੱਦ ਹੈ ਹੀ ਏਡਾ ਵੱਡਾ ਸੀਗਾ, ਤੇ ਉਹ ਦੇਖ ਕੇ ਲੱਗਦਾ ਵੀ ਇਹ ਜਿਹੜਾ ਕਲਾਕਾਰ ਆ ਹੀ ਵਾਸ ਟਰੂਲੀ ਅ ਮਾਸਟਰ ਆਰਟਿਸਟ ਜੀ। ਹਰ ਪਾਸਿਓਂ ਮਤਲਬ ਕਿ ਪਰਫੈਕਟ ਇਨਸਾਨ ਸੀਗੇ ਉਹ, ਬਿਲਕੁਲ ਹੈ। ਤੇ ਹੁਣ ਆਪਾਂ ਜਿਵੇਂ ਅਮਰ ਨੂਰੀ ਜੀ ਔਰ ਮਤਲਬ ਕਿ ਸਰਦੂਲ ਸਿਕੰਦਰ ਜੀ ਦੀ ਜੋੜੀ ਪੂਰੀ ਦੁਨੀਆ ਦੇ ਵਿੱਚ ਹਿੱਟ ਨੇ, ਅਤੇ ਵੈਸੇ ਵੀ ਮਤਲਬ ਕਿ ਉਹਨਾਂ ਦੇ ਪਿਆਰ ਦਾ ਇਗਜ਼ਾਮਪਲ ਦਿੱਤੇ ਜਾਂਦੇ ਸਾਰੇ ਪਾਸੇ ਕਿ ਉਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਪਿਆਰ। ਅਤੇ ਤੁਸੀਂ ਹਾਲਾਂਕਿ ਜਦੋਂ ਉਹਨਾਂ ਦਾ ਸਟਰਗਲ ਟਾਈਮ ਤੋਂ ਜਾਣਦੇ ਹੋ ਅਤੇ ਜਦੋਂ ਵਿਆਹ ਹੁੰਦਾ ਹੋਵੇ ਸਾਰਾ ਕੁਝ ਦੇਖਿਆ, ਉਦੋਂ ਦੇ ਕੋਈ ਪਲ ਸ਼ੇਅਰ ਕਰਨਾ ਚਾਹੁੰਦੇ ਹੋ? ਕਿਉਂਕਿ ਇਹਨਾਂ ਦੇ ਇਹ ਗੱਲ ਵੀ ਮਸ਼ਹੂਰ ਹੈਗੀ ਕਿ ਜਦੋਂ ਇਹਨਾਂ ਦਾ ਵਿਆਹ ਹੋਣਾ ਸੀ ਉਦੋਂ ਪ੍ਰੋਬਲਮਸ ਵੀ ਬਹੁਤ ਆਈਆਂ ਸੀਗੇ ਵਿਆਹ ਟਾਈਮ। ਦੇਖੋ ਸੱਤੀ ਜੀ ਗੱਲ ਸਹੀ ਆ, ਕਿਉਂਕਿ ਸਰਦੂਲ ਜੀ ਨੇ ਆਪ ਇਹ ਚਾਹਿਆ ਸੀ ਵੀ ਮੇਰਾ ਨੂਰੀ ਨਾਲ ਵਿਆਹ ਹੋਵੇ ਜੀ, ਔਰ ਬਹੁਤ ਮੌਜੂਦ ਬੰਦੇ ਜਿਹੜੇ ਆ ਉਹ ਵਿੱਚ ਪਏ, ਕੁਝ ਦਿੱਕਤਾਂ ਵੀ ਸ਼ੁਰੂ ਆਈਆਂ ਜੀ ਜੀ। ਅਤੇ ਉਸ ਤੋਂ ਬਾਅਦ ਇਹ 'ਚ ਵਿਅੰਗ ਬੜੇ ਬਣੇ, ਮੇਰੇ ਤੇ ਭੱਲਾ ਇਹਦੇ ਹਿੱਸੇ ਵੀ ਆਇਆ ਵੀ ਕਿਉਂਕਿ ਆਪਾਂ ਦੇਖਦੇ ਹਾਂ ਨੂਰੀ ਜੀ ਬਹੁਤ ਖੂਬਸੂਰਤ ਔਰ ਸੁਹੱਪਨ ਉਹਨਾਂ ਦਾ ਗੋਰਾ ਰੰਗ, ਅਤੇ ਸਰਦੂਲ ਜੀ ਆਪ ਹੀ ਮੂੰਹ ਕਹਿੰਦੇ ਸੀਗੇ ਜੀ, ਅਤੇ ਭੱਲਾ ਜੀ ਨੇ ਵੀ ਕਹਿਣਾ ਰੰਗ ਸੁਰਾਂ ਦਾ ਪੱਕਾ ਪੱਕਾ ਆਹ ਵੀ ਕਿਹਾ ਰੰਗ ਸੁਰਾਂ ਦਾ ਪੱਕਾ ਸੁਰਦਾ ਪੱਕਾ ਰੰਗ ਦਾ ਪੱਕਾ। ਸੋ ਅਸੀਂ ਜਦੋਂ ਵਿਅੰਗ ਕਰਨੇ ਇਹਨਾਂ ਦੀ ਜੋੜੀ ਨੂੰ ਲੈ ਕੇ, ਇਹਨਾਂ ਦੇ ਰੰਗ ਨੂੰ ਲੈ ਕੇ, ਜਿਹਨਾਂ ਦੀ ਮਤਲਬ ਆਪਸੀ ਕੈਮਿਸਟਰੀ ਨੂੰ ਲੈ ਕੇ ਨਾ, ਤਾਂ ਮੈਂ ਕਹਿੰਦਾ ਹੁਣ ਤਾਂ ਉਹ ਇਨਸਾਨ ਦੁਨੀਆ ਸਾਡੇ ਹੈ ਨਹੀਂ ਗੇ। ਉਹਨਾਂ ਨੇ ਸੱਤੀ ਜੀ ਕਦੇ ਇਸ ਗੱਲ ਦਾ ਮਾਇੰਡ ਨਹੀਂ ਕੀਤਾ ਜੀ, ਭੱਲਾ ਜੀ ਤੇ ਮੈਨੂੰ ਬਲਕਿ ਇਹ ਕਿਹਾ ਯਾਰ ਤੁਹਾਡਾ ਤਾਂ ਫਨ ਫੀਲ ਲਿਆ। ਤੇ ਕਈ ਵਾਰੀ ਉਹਨਾਂ ਨੇ ਸਾਨੂੰ ਇਦਾਂ ਦਾ ਵੀ ਮੌਕਾ ਮਤਲਬ ਕਹਿ ਲਓ ਸਾਨੂੰ ਫੇਸ ਕਰਨਾ ਪਿਆ, ਬਰਮਿੰਗਮ ਦੀ ਗੱਲ ਆ ਪ੍ਰੋਬਲੀ 99 ਦੀ, ਉੱਥੇ ਅਸੀਂ ਸ਼ੋਅ ਚੱਲੇ ਜੀ, ਅਤੇ ਉਸ ਸ਼ੋਅ ਦੇ ਵਿੱਚ ਬੜਾ ਹਿੱਟ ਸ਼ੋਅ ਸੀਗਾ, ਅਤੇ ਲਾਸਟ ਵਿੱਚ ਹਰ ਸ਼ੋਅ 'ਚ ਬੋਲੀਆਂ ਪਾਉਂਦੇ ਤਾਂ ਬੋਲੀਆਂ ਹੁਣ ਨੂਰੀ ਭੈਣ 'ਚ ਬੋਲੀਆਂ ਪਾ ਰਹੇ, ਅਤੇ ਫੈਮਲੀ ਨਾਲ ਅਸੀਂ ਗਏ ਹੋਏ ਸੀਗੇ, ਅਤੇ ਮੇਰੇ ਵਾਈਫ ਕੰਚਨ ਭੱਲਾ ਜੀ ਦੀ ਵਾਈਫ ਪਰਮਦੀਪ ਭਾਬੀ ਉਹ ਫਰੰਟ ਰੋਜ਼ ਬੈਠੇ ਸੀਗੇ, ਅਤੇ ਹੁਣ ਜਦੋਂ ਲਾਸਟ ਆਈਟਮ ਚੱਲ ਰਹੀ ਹੈ ਪੂਰਾ ਵੇਖ ਕੇ ਹੁੰਦਾ ਸ਼ੋਅ, ਅਤੇ ਜਦੋਂ ਬੋਲੀਆਂ ਸਾਰੇ ਡਾਂਸ ਕਰਨ ਆ ਜਾਂਦੇ ਆ, ਆਰਟਿਸਟ ਸਾਰੇ ਕਲਾ ਕਰ ਆਉਂਦੇ ਆ, ਤਾਂ ਭੱਲਾ ਜੀ ਅਤੇ ਮੈਂ ਮਾੜਾ ਮਾੜਾ ਡਾਂਸ ਕਰਦੇ ਕਰਦੇ ਉਹ ਜਦੋਂ ਦੂਰੀ ਭੈਣ ਜੀ ਬੋਲੀ ਪਾ ਰਹੇ ਸੀ ਅਲੱਗ ਨੱਚ ਰਹੇ ਸੀ, ਇੱਕਦਮ ਜਿਵੇਂ ਜੱਸੀ ਜੀ ਕਹਿੰਦੇ ਨਾ ਕਿ ਉਹਨਾਂ 'ਚ ਕਲਾ ਵੀ ਸੀ, ਡਰਾਮਾ ਵੀ ਸੀ, ਇਮੋਸ਼ਨ ਵੀ ਸੀ, ਕਮੇਡੀ ਵੀ ਸੀ ਜੀ। ਉਹਨਾਂ ਨੇ ਇੱਕਦਮ ਰੋਕ ਕੇ ਨਾ ਸ਼ੋਅ ਬੰਦ ਕਰਕੇ ਮਾਈਕ ਫੜ ਲਿਆ, ਅਸੀਂ ਲੱਗ ਗਏ ਵਿਆਹ ਕੀ ਆ, ਕਹਿੰਦੇ ਭੱਲਾ ਜੀ ਸ਼ਰਮਾ ਜੀ ਤੁਹਾਡਾ ਸੂਤ ਆ, ਆਪਣੇ ਵਾਲੇ ਨੂੰ ਥੱਲੇ ਬਿਠਾ ਆਉਂਦੇ ਹਾਂ,
ਤੇ ਮੇਰੀ ਵਾਲੀ ਨੱਚੀ ਜਾਂਦੇ ਹੋ ਇਹਨੇ ਦੂਰੀ ਨੱਚ ਰਹੇ ਸੀਗੇ ਯਾਨੀ ਉਹ ਇੰਨੇ ਦੀ ਉਹਨਾਂ 'ਚ ਇੰਨੀ ਪ੍ਰੈਜੈਂਸ ਆਫ ਮਾਈਂਡ ਸੀ ਇੰਨੀ ਉਹਨਾਂ 'ਚ ਸਪੰਟੈਨਿਟੀ ਸੀਗੀ ਜਿੱਕਦਾਂ ਕਮੇਟੀ 'ਚ ਗੱਲ ਆ ਗਈ ਫਿਰ ਮੈਂ ਗੋਡੇ ਫੜ ਲਏ ਮੈਂ ਕਿਹਾ ਸਤੂਰ ਭਾਅ ਜੀ ਸਾਡੀ ਪੇਟ 'ਤੇ ਲੱਤ ਨਾ ਮਾਰੋ ਇਹ ਕਮੇਡੀ ਫੀਲਡ ਸਾਡੇ ਕੋਲ ਰਹਿ ਦਿਓ ਯਾਨੀ ਇੰਨਾ ਕੋਈ ਲਾਈਵ ਇਨਸਾਨ ਸੀ ਬਿਲਕੁਲ ਬਿਲਕੁਲ ਅਤੇ ਮੈਂ ਸੋਰੀ ਸਤੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਵੀ ਜਿੱਦਾਂ ਹੋਇਆ ਸੀ ਨਾ ਵੀ ਮੈਨੂੰ ਯਾਦ ਹੈ ਇੱਕ ਗੌਰਵ ਭਾਈ ਦਾ ਪ੍ਰੋਗਰਾਮ ਸੀਗਾ ਚੋਰੀ ਤੇਰੀ ਫੜੀ ਕੇ ਪ੍ਰੋਗਰਾਮ ਚੱਲਿਆ ਸੀਗਾ ਉਹਦਾ ਭੰਗੜਾ ਢੋਲ ਨਵੇਂ ਸਾਲ ਦਾ ਪ੍ਰੋਗਰਾਮ ਸੀਗਾ ਗੁਰਲੀਨ ਚੋਪੜਾ ਉਦੋਂ ਬਹੁਤ ਮਤਲਬ ਕੁੜੀ ਜਦੋਂ ਹਿੱਟ ਸੀ ਮਤਲਬ ਉਹ ਹਿੱਟ ਸੀ ਸਿੰਗਰ ਸਾਨੂੰ ਆ ਕੇ ਕਹਿੰਦੇ ਸੀ ਵੀ ਗੁਰਲੀਨ ਚੋਪੜਾ ਨੂੰ ਲਓ ਭਾਜੀ ਸਾਡੇ ਗਾਣੇ 'ਚ ਹਾਂਜੀ ਮਤਲਬ ਐਡਾ ਸੀਗਾ ਲੇਕਿਨ ਮੈਨੂੰ ਅੱਜ ਵੀ ਗੱਲ ਯਾਦ ਹੈ ਕਿ ਗੁਰਲੀਨ ਚੋਪੜਾ ਨੇ ਮੈਨੂੰ ਇਹ ਕਿਹਾ ਵੀ ਮੈਂ ਸਰਦੂਲ ਸਿਕੰਦਰ ਦੇ ਗਾਣੇ 'ਚ ਆਉਣਾ ਜਦਕਿ ਜ਼ਿਆਦਾਤਰ ਨੂਰੀ ਭੈਣ ਜੀ ਹੀ ਆਉਂਦੇ ਸੀ ਉਹਨਾਂ ਨਾਲ ਜਿੰਨੇ ਵੀ ਮੈਂ ਗਾਣੇ ਕੀਤੇ ਸਾਰਿਆਂ ਦੇ ਨੂਰੀ ਹਾਂਜੀ ਕਿਉਂਕਿ ਆਪ ਵੀ ਬਹੁਤ ਖੂਬਸੂਰਤ ਸੀਗੇ ਸਾਰਾ ਮਤਲਬ ਮਾਡਲ ਮਤਲਬ ਐਕਟਰ ਸੀਗੇ ਨੂਰੀ ਭੈਣ ਹੈਗੇ ਆ ਹਾਂ ਬਹੁਤ ਵਧੀਆ ਐਕਟਰ ਨੇ ਅਤੇ ਮਤਲਬ ਮੈਨੂੰ ਯਾਦ ਆ ਉਹ ਸੀਗਾ ਗਾਣਾ ਮੁੰਡਾ ਉਤਲੇ ਚੁਬਾਰੇ ਵਿੱਚ ਪੜ੍ਹਦਾ ਮਤਲਬ ਨਿਤ ਨਿਤ ਨਵੀਆਂ ਪੌੜੀਆਂ ਚੜ੍ਹਦਾ ਮੁੰਡਾ ਉਤਲੇ ਤੂੰ ਚੁਬਾਰੇ 'ਚ ਪੜ੍ਹਦਾ ਗੱਲ ਗੱਲ 'ਤੇ ਫਿਰ ਇਹ ਲੜਦਾ ਗੁਆਂਢੀਆਂ ਦੀ ਮਿਹਰਬਾਨੀ ਹੈ ਉਹ ਗਾਣਾ ਦਵਿੰਦਰ ਖੰਨੇ ਵਾਲੇ ਭਾਅ ਜੀ ਨੇ ਅਰੇਂਜ ਕਰਾਇਆ ਗਵਿੰਡੀ ਮੰਡੀ ਗੋਬਿੰਦਗੜ੍ਹ ਦੀ ਮਤਲਬ ਬਹੁਤ ਸੁਪਰ ਡੁਪਰ ਹਿੱਟ ਗਾਣਾ ਸੀਗਾ ਜੀ ਬਹੁਤ ਵਧੀਆ ਮਤਲਬ ਮੇਰਾ ਕਹਿਣ ਦਾ ਭਾਵ ਆਮ ਜਨਤਾ ਕਿ ਮਤਲਬ ਆਰਟਿਸਟ ਦੂਜੇ ਵੀ ਬੜੇ ਫੈਨ ਸੀਗੇ ਵੀ ਉਹ ਕਹਿੰਦੇ ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨਾ ਦਮ ਸੀ ਨਾ ਜੀ ਹਰ ਬੰਦਾ ਕਹਿੰਦਾ ਸੀਗਾ ਵੀ ਯਾਰ ਮੈਨੂੰ ਤੁਸੀਂ ਤਾਂ ਸੱਤੀ ਆਪ ਗਾਉਣ ਦਾ ਸ਼ੌਕ ਅੱਛਾ ਗਾਉਂਦੇ ਹੋ ਤੁਸੀਂ ਬਈ ਮਤਲਬ ਜਿਹੜੇ ਮੈਨੂੰ ਕੋਈ ਸੰਗੀਤ ਦਾ ਜਾਂ ਕੋਈ ਨੌਲੇਜ ਨਹੀਂ ਗਾ ਪਰ ਮੈਨੂੰ ਇਹ ਪਤਾ ਕਿ ਸਰਦੂਲ ਜੀ ਜਦੋਂ ਸਾਡਾ ਪਰਫੋਰਮ ਕਰਦੇ ਹੁੰਦੇ ਸੀਗੇ ਜਦੋਂ ਉਹਨਾਂ ਨੇ ਪੂਰਾ ਅੱਖਾਂ ਮਿਟ ਕੇ ਸੁਰ ਲਾਉਣੀ ਅਤੇ ਮੁਰਕੀਆਂ ਜਿਹੜੀਆਂ ਆਉਂਦੀਆਂ ਮਤਲਬ ਮੈਨੂੰ ਲੱਗਦਾ ਕੋਈ ਮੁਕਾਬਲਾ ਹੀ ਜੀ ਉਹਨਾਂ ਦੀ ਗਾਇਕੀ ਦਾ ਨਾ ਪੰਜਾਬੀ 'ਚ ਕੋਈ ਮੁਕਾਬਲਾ ਕਰਨਾ ਔਖਾ ਵਾ ਇੰਨੀ ਸੁਰ ਵਿੱਚ ਸੀਗੀ ਜਿਹੜੀ ਵੀ ਗੱਲ ਉਹ ਤਾਂ ਗੱਲ ਵੀ ਸੁਰ 'ਚ ਕਰਦੇ ਸੀ ਜੀ ਜੀ ਅਤੇ ਗਾਉਣਾ ਸੁਰ 'ਚ ਹੈਗੇ ਸੀ ਸੋ ਮਤਲਬ ਉੱਦਾਂ ਦਾ ਬੰਨਣਾ ਬੜਾ ਔਖਾ ਇਸੇ ਕਰਕੇ ਜਿਵੇਂ ਪਹਿਲੇ ਜਿਹੜੇ ਉਹਨਾਂ ਦੇ ਹੋਰ ਸਮਕਾਲੀ ਗਾਇਕ ਹੈਗੇ ਆ ਉਹ ਵੀ ਨਾਲ ਫੈਨ ਵੀ ਸੀਗੇ ਅਤੇ ਨਾਲ ਹੈ ਨਾ ਪਿਆਰ ਵੀ ਸੀਗਾ ਅਤੇ ਅੱਜ ਵੀ ਜਿਵੇਂ ਹੁਣ ਅੱਜ ਦੇ ਯੂਥ ਵਾਲੇ ਵੀ ਜਿਹੜੇ ਯੰਗਸਟਰ ਚੱਲ ਰਹੇ ਨੇ ਹੈ ਨਾ ਉਹ ਵੀ ਈਵਨ ਕਿ ਬਹੁਤ ਤਕੜੇ ਫੈਨ ਨੇ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਦੇ ਉਹਨਾਂ ਦੇ ਗੀਤਾਂ ਦੇ ਉਹਨਾਂ ਦੀ ਆਵਾਜ਼ ਦੇ ਉਹਨਾਂ ਦੇ ਹਰ ਇੱਕ ਅੰਦਾਜ਼ ਦੇ ਪਰਫੋਰਮਰ ਬਹੁਤ ਤਕੜੇ ਸੀ ਜੀ ਸਰਦੂਲ ਸਿਕੰਦਰ ਜਦੋਂ ਸਟੇਜ 'ਤੇ ਖੜ੍ਹਦੇ ਸੀ ਨਾ ਪਰਫੋਰਮ ਕਰਦੇ ਸੀ ਜਦੋਂ ਮਾਈਕ ਉਹਨਾਂ ਅੱਛਾ ਆਉਂਦਾ ਸੀਗਾ ਅਤੇ ਉਹ ਜਿਹੜੀਆਂ ਗਾਇਕੀ ਦੇ ਨਾਲ ਨਾਲ ਫੁਲਕਾਰੀ ਪ੍ਰੋਗਰਾਮ ਇੱਕ ਨਵੇਂ ਸਾਲ ਦਾ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਦਾ ਹੈ ਨਾ ਗਾਣਾ ਸੀਗਾ ਤੇ ਉਹਦੇ ਵਿੱਚ ਤੁਸੀਂ ਤੇ ਪੱਲਾ ਅੰਕਲ ਨੇ ਐਂਕਰਿੰਗ ਕੀਤੀ ਸੀ ਹੋਸਟ ਕੀਤਾ ਸੀਗਾ ਤੇ ਪਾਪਾ ਦਾ ਸ਼ੂਟ ਕੀਤਾ ਹੋਇਆ ਸੀਗਾ ਤੇ ਹੈ ਨਾ ਤੇ ਉਹਦੇ ਵਿੱਚ ਉਹਨਾਂ ਨੇ ਵੀਡੀਓ ਬਣਾਇਆ ਸੀ ਉਸ ਸ਼ੋਅ ਦੇ ਦੌਰਾਨ ਦੀਆਂ ਕੁਝ ਗੱਲਾਂ ਜਿਹੜੀਆਂ ਕਾਮਨ ਹੋਣੀ ਦੇਖੋ ਸਰਦੂਲ ਜੀ ਸਾਡੇ ਨਾਲ ਬਹੁਤ ਅਸੀਂ ਸਟੇਜ ਸ਼ੋਅ ਜਾਂ ਟੀ ਵੀ ਪ੍ਰੋਗਰਾਮਸ ਔਰ ਇੰਟਰਨੈਸ਼ਨਲ ਸ਼ੋਅ ਇਕੱਠੇ ਕੀਤੇ ਆ ਅਤੇ ਸਰਦੂਲ ਜੀ ਅਤੇ ਨੂਰੀ ਜੀ ਜਦੋਂ ਇਕੱਠੇ ਪਰਫੋਰਮ ਕਰਦੇ ਸੀਗੇ ਇਹਨਾਂ ਦੀ ਆਪਸੀ ਕੈਮਿਸਟਰੀ ਤਾਂ ਚਲੋ ਜਿਵੇਂ ਜੱਸੀ ਜੀ ਨੇ ਕਿਹਾ ਬਹੁਤ ਪਿਆਰ ਕਰਦੇ ਸੀਗੇ ਉਹਦੀ ਝਲਕ ਜਾਣੀ ਆਮ ਤੌਰ 'ਤੇ ਜਦੋਂ ਆਪਾਂ ਦੋ ਆਰਟਿਸਟ ਤੁਸੀਂ ਲੈ ਕੇ ਆਉਣੇ ਨਾ ਤਾਂ ਡਾਇਰੈਕਟਰ ਨੂੰ ਵੀ ਜੱਸੀ ਜ਼ਿਆਦਾ ਪਤਾ ਹੋਣਾ ਟਾਈਮ ਲੱਗਦਾ ਵਾ ਉਹਨਾਂ ਦੇ ਉਹ ਇਮੋਸ਼ਨਸ ਨੂੰ ਕੈਚ ਕਰਦੇ ਉਹ ਨਵੇਂ ਹੁੰਦੇ ਉੱਪਰ ਹੁੰਦੇ ਆ ਥੋੜ੍ਹਾ ਜਿਹਾ ਹੁੰਦਾ ਹੀ ਆ ਅਤੇ ਇਹਨਾਂ ਨੂੰ ਹੁੰਦਾ ਸੀ ਵੀ ਪੰਜਾਬੀ 'ਚ ਕੋਈ ਘਰ ਦਾ ਘਰ 'ਚ ਆ ਅਤੇ ਉਹ ਘਰ ਦਾ ਘਰ 'ਚ ਉਹਦਾ ਐਡਵਾਂਟੇਜ ਵੀ ਆ ਉਹ ਬਹੁਤ ਮਿਲਦੀ ਸੀਗੀ ਅਤੇ ਉਹ ਜਿਹੜੀ ਮਤਲਬ ਨੂਰੀ ਜੀ ਆ ਉਹਨਾਂ ਨੂੰ ਇਹ ਬਲੈਸਿੰਗ ਇਹ ਹੈਗੀ ਆ ਵੀ ਨੂਰੀ ਜੀ ਸਿੰਗਰ ਦੇ ਨਾਲ ਨਾਲ ਅਦਾਕਾਰਾ ਬਹੁਤ ਵੱਡੇ ਬਹੁਤ ਵੱਡੇ ਇਹ ਹਮਾਰਾ ਜੀਵਨ ਤੁਹਾਨੂੰ ਯਾਦ ਆ ਜੀ ਜੀ ਦੂਰਦਰਸ਼ਨ ਦਾ ਹਿੱਟ ਸੀਰੀਅਸ ਉਹਦੇ ਬਤੌਰ ਨਾਇਕਾ ਬਿਲਕੁਲ ਇਹ ਵਿਚਰੇ ਉਸ ਤੋਂ ਬਾਅਦ ਫਿਲਮਾਂ ਹੁਣ ਭੱਲਾ ਜੀ ਦੇ ਨਾਲ ਦੀਆਂ ਹਿੱਟ ਫਿਲਮਾਂ ਜਦੋਂ ਡੈਡੀ ਕੂਲ ਮੁੰਡੇ ਫੋਨ ਕੀਤੀ ਜੀ ਤੇ ਉਹ ਭੱਲਾ ਜੀ ਨੇ ਮਤਲਬ ਕਿਉਂਕਿ ਦੋਨਾਂ ਦੀ ਜੋੜੀ ਬੰਦੀ ਸੀ ਉਦੋਂ ਫਿਰ ਸੈੱਟ ਤੇ ਸਰਦੂਲ ਜੀ ਕਿਤੇ ਕਹਿੰਦੇ ਸੀਗੇ ਯਾਰ ਗੱਲ ਆ ਜਸਵਿੰਦਰ ਤੂੰ ਨਾ ਬਾਲਾ ਫਿਲਮਾਂ 'ਚ ਪੈਰਲਲ ਇਹਨੂੰ ਕੱਟ ਲਿਆ ਇਹ ਮੈਨੂੰ ਯਾਦ ਆਈ ਤਾਂ ਆਮ ਕਹਿੰਦੇ ਤਰੀਕੇ ਕਿਉਂਕਿ ਹੁੰਦਾ ਨਾ ਮੈਂ ਹੱਸਦੇ ਹੱਸਦੇ ਕਹਿਣਾ ਗੱਲ ਪਰ ਭੱਲਾ ਜੀ ਕਹਿਣਾ ਵੀ ਗੱਲ ਇਹ ਆ ਕਿ ਸਾਡੀ ਕੈਮਿਸਟਰੀ ਮੈਚ ਕਰ ਰਹੀ ਆ ਔਰ ਲੋਕ ਜਿਹੜੇ ਸਿਨੇਮਾ ਦਰਸ਼ਕ ਆ ਉਹ ਪਸੰਦ ਕਰਦੇ ਸੀਗੇ ਜੀ ਜੀ ਤੇ ਭੱਲਾ ਜੀ ਤੇ ਨੂਰੀ ਜੀ ਨਾਲ ਬਹੁਤ ਪ੍ਰੋਜੈਕਟ ਇਕੱਠੇ ਆਏ ਜੀ ਜੀ ਤੇ ਹੁਣ ਵੀ ਨੂਰੀ ਜੀ ਨੂੰ ਅਸੀਂ ਮਤਲਬ ਬੇਨਤੀ ਕਰਾਂਗੇ ਕਿ ਭੱਲਾ ਜੀ ਵੀ ਫਿਲਮਾਂ ਵਿੱਚ ਸਰਤਾਜ ਨੇ ਜੀ ਔਰ ਉਹਨਾਂ ਦੇ ਪੈਰਲਲ
ਜਦੋਂ ਵੀ ਕੋਈ ਰੋਲ ਡਿਮਾਂਡ ਆਏਗੀ ਅਸੀਂ ਬਹੁਤ ਖੁਸ਼ ਹੋਵਾਂਗੇ ਜੀ ਨੂਰੀ ਦੀ ਬਰਾ ਇਕੱਠੇ ਵੇਖੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਤੇ ਉਹੀ ਸੇਮ ਫੁਲਕਾਰੀ ਵਾਲੇ ਪ੍ਰੋਗਰਾਮ ਦੀਆਂ ਨਵੇਂ ਸਾਲ ਦੇ ਪ੍ਰੋਗਰਾਮ ਦੀ ਕੁਛ ਯਾਦਾਂ ਹਾਂ ਉਹ ਗਾਣੇ 'ਚ ਜਿੱਦਾਂ ਦੱਸ ਕਹਿੰਦੇ ਨਾ ਸ਼ਰਮਾ ਜੀ ਉਹਨਾਂ ਨੇ ਅਤੇ ਭੱਲਾ ਜੀ ਨੇ ਨੀਲੂ ਨੇ ਨੀਲੂ ਉਹਨਾਂ ਨੇ ਐਂਕਰਿੰਗ ਕੀਤੀ ਅਤੇ ਉਹ ਤਾਂ ਅਲੱਗ ਹੀ ਕਹਿਗੇ ਪਰ ਜਿਹੜਾ ਉਹਨਾਂ ਦਾ ਗਾਣਾ ਸੀਗਾ ਜੀ ਲੋਕਾਂ ਦੀ ਅੱਖ ਤੇਰੇ 'ਤੇ ਨਹੀਂ ਤੇਰੀ ਅੱਖ ਗਿਦੇ ਵਿੱਚ ਰਹਿੰਦੀ ਨਾ ਨੱਚੀ ਨਾ ਨੱਚੀ ਤੇਰੀ ਧਮਕ ਦਿਲਾਂ 'ਤੇ ਪੈਂਦੀ ਨਾ ਨੱਚੀ ਨਾ ਨੱਚੀ ਤੇਰੀ ਧਮਕ ਦਿਲਾਂ 'ਤੇ ਪੈਂਦੀ ਇਹ ਗਾਣਾ ਸੀਗਾ ਇਹ ਮੈਨੂੰ ਯਾਦ ਹੈ ਕੁਛ ਗਾਣਾ ਤਾਂ ਅਸੀਂ ਇੱਥੇ ਸ਼ੂਟ ਕੀਤਾ ਜੀ ਰੌਕ ਗਾਰਡਨ ਫਿਰ ਭਾਅ ਜੀ ਕਹਿੰਦੇ ਵੀ ਨਹੀਂ ਵੀ ਇਹਦਾ ਨਾ ਸੈੱਟ ਲਵਾਉਣਾ ਮੈਂ ਉੱਥੇ ਖੰਨੇ ਅੱਛਾ ਫਿਰ ਖੰਨੇ ਜਾ ਕੇ ਦੂਜੇ ਦਿਨ ਅਸੀਂ ਖੰਨੇ ਗਏ ਜੀ ਖੰਨੇ ਸ਼ੂਟ ਹੋਇਆ ਭਾਅ ਜੀ ਉਹਨਾਂ ਦੀ ਮੈਂ ਦੱਸ ਰਿਹਾ ਵੀ ਦਿਨੇ ਵੀ ਇੱਥੇ ਸ਼ੂਟ ਕੀਤਾ ਰਾਤ ਨੂੰ ਜਾ ਕੇ ਆਪ ਸੈੱਟ ਵੀ ਲਵਾਇਆ ਸਾਰਾ ਕੁਛ ਉੱਥੇ ਪੂਰਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ ਜੀ ਮਤਲਬ ਇੱਕ ਸਟਾਰ ਹੋਣ ਦੇ ਬਾਵਜੂਦ ਵੀ ਨਾਲ ਨਾਲ ਸਾਡੇ ਇਨਸਾਨ ਤਾਂ ਬਹੁਤ ਵੱਡੇ ਬਹੁਤ ਹਾਂਜੀ ਸਟਾਰ ਤੋਂ ਵੱਡੇ ਇਨਸਾਨ ਹਾਂਜੀ ਫਿਰ ਜਦੋਂ ਵੀ ਮਤਲਬ ਖਾਣਾ ਆਉਣਾ ਅਤੇ ਸਾਰਿਆਂ ਨੇ ਮਤਲਬ ਸਾਰਿਆਂ ਨੂੰ ਮਤਲਬ ਇੱਥੋਂ ਤੱਕ ਕਹਿ ਦਿੰਦੇ ਸੀ ਪਹਿਲਾਂ ਵੀ ਮੁੰਡੇ ਜਿਹੜੇ ਲਾਈਟ ਮੈਨ ਆ ਯਾਰ ਇਹਨਾਂ ਨੂੰ ਖਿਲਾਓ ਆਪਾਂ ਤਾਂ ਕਹਿੰਦੇ ਫਿਰ ਵੀ ਖਾਂਦੇ ਪੈਂਦੇ ਰਹਿਣਾ ਲਾਈਟ ਮੈਨ ਇਹ ਵੀ ਗੱਲ ਨਾ ਇਹ ਮੈਂ ਉਦਣ ਵੀ ਜਦੋਂ ਮੀਡੀਆ ਬਹੁਤ ਆਇਆ ਸੀਗਾ ਖੇੜੀ ਰਾਓ ਸਿੰਘ ਜੀ ਜੀ ਤਾਂ ਗੱਲਾਂ ਹੋਈਆਂ ਉਦੋਂ ਵੀ ਉਹਨਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਵੀ ਕੋਈ ਤੁਹਾਡੀ ਕੋਈ ਵਿਲੱਖਣ ਯਾਦ ਕਿਹੜੇ ਇਨਸਾਨੀਅਤ ਨੂੰ ਲੈ ਕੇ ਤਾਂ ਮੈਂ ਇਸ ਗੱਲ ਨੂੰ ਕਈ ਵਾਰੀ ਸੁਣਾ ਚੁੱਕਾ ਪਰ ਮੈਂ ਥੱਕਦਾ ਨਹੀਂ ਸੁਣਾਉਂਦੇ ਹੋਏ ਜੀ ਕਿ ਮੈਂ ਜਦੋਂ ਇਹਨਾਂ ਦਾ ਕਿਡਨੀ ਦਾ ਹੋਇਆ ਨਾ ਜੀ ਆਪਰੇਸ਼ਨ ਆਪ ਸਰਗਰੀਆਂ ਦੀ ਨੂਰੀ ਜੀ ਨੇ ਕਿਡਨੀ ਡੇਟ ਕੀਤੀ ਉਦੋਂ ਭੱਲਾ ਜੀ ਨੇ ਇਹ ਗੱਲ ਕਹੀ ਸੀ ਵੀ ਕੋਈ ਚਲੋ ਨੂਰੀ ਜੀ ਸਾਰ ਨਹੀਂ ਕੀਤਾ ਆਪਣੇ ਹਸਬੈਂਡ ਨੂੰ ਕਿਡਨੀ ਦਿੱਤੀ ਆ ਬਟ ਪੂਰੇ ਪੰਜਾਬੀ ਪੂਰੀ ਦੁਨੀਆ ਜਿਹੜੀ ਨੂਰੀ ਜੀ ਦੀ ਇਸ ਕਰਕੇ ਸਨਮਾਨਦ ਵਾ ਕਿ ਜੇ ਸਰਦੂਲ ਜੀ ਉਸ ਤੋਂ ਬਾਅਦ ਕਈ ਸਾਲ ਲੈ ਸਕੇ ਆ ਤਾਂ ਉਹ ਨੂਰੀ ਜੀ ਦੀ ਕਿਰਪਾ ਹਾਂਜੀ ਤੇ ਉਹ ਮਤਲਬ ਪਲ ਸੀਗਾ ਵੀ ਜਦੋਂ ਅਸੀਂ ਮੈਂ ਤੇ ਭੱਲਾ ਜੀ ਘਰ ਗਏ ਮੇਰੀ ਫੈਮਿਲੀ ਨਾਲ ਸੀਗੀ ਭੱਲਾ ਦੀ ਫੈਮਿਲੀ ਤਾਂ ਉਦੋਂ ਅਸੀਂ ਜਦੋਂ ਵਾਪਸ ਤੁਰਨ ਲੱਗੇ ਨਾ ਤਾਂ ਸਰਦੂਲ ਜੀ ਨੇ ਮੈਨੂੰ ਕਿਹਾ ਕਹਿੰਦੇ ਸ਼ਰਮਾ ਜੀ ਵੀ ਆਹ ਸਾਡੇ ਪਿੰਡ ਤੋਂ ਨਾ ਬਹੁਤ ਗਰੀਬ ਘਰ ਦੀਆਂ ਦੋ ਬੱਚੀਆਂ ਇਹ ਮੈਂ ਤੁਹਾਨੂੰ ਮਿਲਾ ਰਿਹਾ ਵਾਂ ਅਤੇ ਇੱਕ ਬੱਚੀ ਬੀ ਕੌਮ ਹੈ ਵੱਡੀ ਛੋਟੀ 10ਵੀਂ ਪਾਸ ਹੈ ਜੀ ਅਤੇ ਤੁਹਾਨੂੰ ਪਰਮਾਤਮਾ ਨੇ ਬੜਾ ਉੱਚਾ ਅਹੁਦਾ ਬਖਸ਼ਿਆ ਮਾਰਕਫੈਡ ਵਿੱਚ ਜੀ ਇਹ ਐਜ਼ ਐ ਐਮਡੀ ਹਾਂ ਮੈਂ ਐਡੀਸ਼ਨਲ ਐਮਡੀ ਸੀਗਾ ਵੀ ਕਿਉਂਕਿ ਤੁਸੀਂ ਇਹਨਾਂ ਬੱਚੀਆਂ ਦੀ ਮਦਦ ਆਪਾਂ ਕਰਨੀ ਚਾਹੁੰਦੇ ਹਾਂ ਵੀ ਇਹਨਾਂ ਨੂੰ ਕੋਈ ਅਡਹੋਕ ਅਤੇ ਕੋਈ ਕੱਚੀ ਪੱਕੀ ਨੌਕਰੀ ਵੀ ਖੰਨੇ ਵਿੱਚ ਮਾਰਕਫੈਡ ਦਾ ਇੱਕ ਬਹੁਤ ਵੱਡਾ ਸੋਨਾ ਘਿਓ ਦਾ ਪਲਾਂਟ ਦੁਨੀਆ ਜਾਂਦੀ ਆ ਗੁਰਦੀਸ਼ਾ ਨੂੰ ਸਾਡਾ ਘਿਓ ਤੇਲ ਜਿਹੜੇ ਜਾਂਦੇ ਆ ਅਤੇ ਮੈਨੂੰ ਲੱਗਾ ਕਿ ਸਰਦੂਲ ਜੀ ਨੇ ਪਹਿਲੀ ਵਾਰੀ ਮੈਨੂੰ ਇਹਦਾ ਕਿਹਾ ਵਾ ਅਤੇ ਮੈਂ ਉਸੇ ਵੇਲੇ ਜੀ ਐਮ ਸਾਹਿਬ ਨੂੰ ਫੋਨ ਕੀਤਾ ਰਵਿੰਦਰ ਸ਼ਰਮਾ ਜੀ ਨੂੰ ਮੈਂ ਕਿਹਾ ਸ਼ਰਮਾ ਸਾਹਿਬ ਵੀ ਸਰਦੂਲ ਸਿਕੰਦਰ ਜੀ ਨੇ ਸਿਫਾਰਸ਼ ਕੀਤੀ ਆ ਇਹ ਬੱਚੀਆਂ ਤੁਹਾਨੂੰ ਦੋ ਭੇਜਣੀਆਂ ਬਾਈ ਜਿਹੜੀ ਬੀ ਕੌਮ ਹੈਗੀ ਆ ਇਹਨੂੰ ਆਪਾਂ ਠੇਕੇਦਾਰਾਂ ਹੀ ਕੋਈ ਕੱਚਿਆਂ 'ਚ ਅਕਾਊਂਟੈਂਟ ਰੱਖ ਲਈਏ ਜਿਹੜੀ 10ਵੀਂ ਪਾਸ ਉਹਨੂੰ ਹੈਲਪਰ ਰੱਖ ਲਈਏ ਜੀ ਅਤੇ ਅਸੀਂ ਉਹ ਰੱਖੀਆਂ ਅਤੇ ਮੈਨੂੰ ਇਹ ਖੁਸ਼ੀ ਨਹੀਂ ਮੈਂ ਸਰਦੂਲ ਜੀ ਦੀ ਕੋਈ ਮਦਦ ਕੀਤੀ ਮੈਨੂੰ ਇਹ ਖੁਸ਼ੀ ਆ ਵੀ ਸਰਦੂਲ ਜੀ ਨੇ ਆਪਣੇ ਪਿੰਡ ਦੇ ਦੋ ਗਰੀਬ ਪਰਿਵਾਰਾਂ ਵਾਸਤੇ ਜੀ ਇਹਨਾਂ ਸੋਚਿਆ ਜੀ ਉਹਨਾਂ ਦਾ ਕਰਕੇ ਵੀ ਮੈਨੂੰ ਕਿਹਾ ਮੈਂ ਦਿਲ ਕਰਦਾ ਵੀ ਉਹ ਸੁਰਾ ਸਿਕੰਦਰ ਤਾਂ ਹੈ ਸੀ ਉਹ ਸਿਕੰਦਰ ਜੀ ਮੈਂ ਬਹੁਤ ਵਧੀਆ ਬਹੁਤ ਹਾਂਜੀ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਅੱਜ ਗੱਲਾਂ ਬਾਤਾਂ ਕਰਕੇ ਕਿਉਂਕਿ ਤੁਹਾਡੇ ਪਲ ਇੰਨੇ ਉਹਨਾਂ ਨਾਲ ਹੰਡਾਏ ਹੋਏ ਬਿਤਾਏ ਹੋਏ ਨੇ ਕਿ ਗੱਲਾਂ ਜੇ ਆਪਾਂ ਕਰਨ 'ਤੇ ਅੱਜ ਸ਼ਾਇਦ ਮੁੱਕਣ ਹੀ ਨਾ ਹੈ ਨੇ ਬਹੁਤ ਸਾਰੀਆਂ ਗੱਲਾਂ ਹੁਣ ਵੀ ਜਦ ਗੱਲ ਕਰ ਰਹੇ ਹਾਂ ਤਾਂ ਉਹਨਾਂ ਦੀ ਹਰ ਮਤਲਬ ਫੇਸ ਦੀ ਐਕਸਪ੍ਰੈਸ਼ਨ ਕਹਿ ਸਕਦੇ ਜਾਂ ਹਰ ਗੱਲ ਮੇਰੇ ਹੁਣ ਵੀ ਮੇਰੇ ਅੱਗੇ ਮਤਲਬ ਆਉਂਦੀ ਰਹਿੰਦੀ ਹੈ ਕਿੱਦਾਂ ਮਤਲਬ ਸੱਚੀ ਇਹਨਾਂ ਵੀ ਅੱਖ ਜੀ ਦੱਬ ਕੇ ਕਿੱਦਾਂ ਹੱਸ ਕੇ ਸਮਾਇਲ ਜੀ ਗੱਲ ਕਰਕੇ ਵਿੱਚ ਹੌਲੀ ਦੇਣੀ ਗੱਲ ਸ਼ਰਾਰਤ ਕਰ ਦਿੰਦੇ ਔਰ ਜਦੋਂ ਸੱਤੀ ਜੀ ਇਹਨਾਂ ਨੇ ਹਾਰਟ ਦਾ ਆਪਣਾ ਕਰਾਇਆ ਫਾਟਕਸ 'ਚ ਹਾਂਜੀ 15-20 ਸਾਲ ਪੁਰਾਣੀ ਗੱਲ ਤਾਂ ਉਦੋਂ ਵੀ ਫਿਰ ਡਿਸਚਾਰਜ ਹੋਣ ਤੋਂ ਬਾਅਦ ਉਹ ਮੇਰੇ ਖਿਆਲ 2001-2 ਦੀ ਗੱਲ ਉਦੋਂ ਸਾਡੇ ਘਰ 3B2 ਆਏ ਭੱਲਾ ਜੀ ਉਦੋਂ ਮੋਹਾਲੀ ਨਹੀਂ ਸੀ ਆਏ ਮੇਰੇ ਘਰ ਆਏ ਤਾਂ ਚੰਗਾ ਲੱਗਾ ਕਿ ਸਰਦੂਲ ਜੀ ਸਿੱਧਾ ਸਾਨੂੰ ਖਬਰ ਦੇਣ ਆਏ ਅਸੀਂ ਤਾਂ ਹਸਪਤਾਲ ਗਏ ਸੀਗੇ ਫਿਰ ਘਰ ਹੋ ਗਏ ਅਤੇ ਫਿਰ ਜਦੋਂ ਹੁਣ ਉਹ ਆਹ 1.5-2 ਮਹੀਨੇ ਉਹਨਾਂ ਨੇ 40 ਸਟਰਗਲ ਕੀਤੀ ਆ ਜੀ ਉਦੋਂ ਵੀ ਸੱਤੀ ਜੀ ਕਿਉਂਕਿ ਭੱਲਾ ਜੀ ਦੇ 7 ਫੇਸ 'ਚ ਘਰ ਆ ਅਤੇ ਬਿਲਕੁਲ 40 ਦੇ ਨਾਲ ਆ ਅਤੇ ਪਰਿਵਾਰ ਭੱਲਾ ਜੀ ਕੋਲ ਜਾਂਦਾ ਸੀ ਕਿਉਂਕਿ ਉਹਨਾਂ ਦੇ ਬਹੁਤ ਗਹਿਰੇ ਸਬੰਧ ਆ ਅਤੇ ਬੱਚੇ ਪਖਰਾਜ ਆਲ ਅਲਾਪ ਸਾਰੇ ਦੋਸਤ ਆ ਅਤੇ ਬੱਚਿਆਂ ਨੇ ਰਾਤ ਨੂੰ 11 ਵਜੇ 12 ਵਜੇ 2 ਵਜੇ 3 ਵਜੇ ਆਉਣਾ ਅਤੇ ਮੈਂ ਸਵੇਰੇ ਫਿਰ ਭੱਲਾ ਜੀ ਦੇ ਘਰ ਜਾ ਕੇ ਬੱਚਿਆਂ ਨੂੰ ਪੁੱਛਣਾ ਕਿਉਂਕਿ ਹੋਸਪਿਟਲ ਜਾਣ ਨਾਲ ਰੋਡ ਸੀ ਅਤੇ ਮੈਂ ਬੱਚਿਆਂ ਨੂੰ ਪੁੱਛਣਾ ਕਿ ਬੇਟਾ ਕਿੱਦਾਂ ਪਾਪਾ ਔਰ ਬੱਚੇ ਜਿਹੜੇ ਆ ਉਹਨਾਂ ਨੇ ਆਪਣੇ ਵੱਲੋਂ ਅਲਾਪ ਨੇ ਖਾਸ ਤੌਰ 'ਤੇ ਪੂਰਾ ਸਮਝਾਉਣਾ ਵੀ ਅੰਕਲ
ਹੁਣ ਫੰਗਸ ਵਾਲੀ ਜਿਹੜੀ ਆ ਪ੍ਰੋਬਲਮ ਘਟ ਗਈ ਆ, ਹੁਣ ਅੱਜ ਜਿਹੜੀ ਆਕਸੀਜਨ ਉਹ ਘਟ ਗਿਆ ਲੈਵਲ, ਅਤੇ ਹੁਣ ਸਾਨੂੰ ਲੱਗਦਾ ਪਾਪਾ ਜੀ ਪੂਰੀ ਛੁੱਟੀ ਮਿਲ ਜਾਣੀ ਆ, ਛੁੱਟੀ ਦੀ ਖਬਰ ਆ ਗਈ, ਅਸੀਂ ਤਾਂ ਪ੍ਰਪੇਅਰ ਵੀ ਛੁੱਟੀ ਮਿਲ ਜਾਣੀ ਭਾਅ ਜੀ ਘਰ ਆਇਆ, ਅਤੇ 24 ਨੂੰ ਭਾਣਾ ਵਾਪਰ ਗਿਆ ਜਿਹਨੇ ਅਸੀਂ ਤਿਆਰ ਹੋ ਰਹੇ ਸੀ ਉਹਨਾਂ ਨੂੰ ਘਰ ਲਿਆਉਣ ਦੀ, ਅਸੀਂ ਭਾਣਾ ਕੀ ਵਾਪਰ ਗਿਆ। ਮਤਲਬ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਪਰਮਾਤਮਾ ਹਲੇ 15-20-25 ਸਾਲ ਆ ਸਰਦੂਲ ਜੀ, ਹੋਰ ਸਾਨੂੰ ਦੇ ਜਾਂਦੇ ਸੀ, ਵੈਸੇ ਬੰਦਾ ਰੱਜਦਾ ਨਹੀਂ, ਪਰ ਲੋੜ ਸਾਨੂੰ ਸੀ, ਸਮਾਜ ਨੂੰ ਸੀ, ਪਿੰਡਾਂ ਨੂੰ ਸੀ, ਉਸ ਤੋਂ ਬਾਅਦ ਫਿਰ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਗਿਆ ਸੀਗਾ, ਅਤੇ ਪੁਲਿਸ ਵਾਲੇ ਕਹਿ ਰਹੇ ਸੀ ਗੱਡੀਆਂ ਅੱਗੇ ਕੱਢ ਲਓ, ਗੱਡੀਆਂ ਅੱਗੇ ਕੱਢ ਲਓ, ਹੈ ਨਾ। ਅਤੇ ਜਦੋਂ ਅਸੀਂ ਅੱਗੇ ਜਾ ਰਹੇ ਸੀਗੇ, ਅਸੀਂ ਦੇਖਿਆ ਕਿ ਹਾਲਾਂਕਿ 20 ਕਿਲੋਮੀਟਰ ਦਾ ਫਰਕ ਸੀਗਾ ਪਿੰਡ ਤੋਂ, ਹੈ ਨਾ, ਉਹਨਾਂ ਦੇ ਖੰਨੇ ਦਾ ਸਿਰਫ, ਪਰ ਲੋਕ ਪਹਿਲਾਂ ਹੀ ਆ ਕੇ ਖੜ੍ਹੇ ਹੋ ਗਏ ਸੀਗੇ ਆਪਣੇ, ਮਤਲਬ ਕਿ ਬੱਸ ਸਟੈਂਡ, ਜਿਹੜੇ ਪਿੰਡਾਂ ਦੇ ਬੱਸ ਸਟੈਂਡ ਹੁੰਦੇ ਆ ਜਾਂ ਉੱਥੇ ਆ ਕੇ ਬੱਸ ਅੱਡਿਆਂ ਦੇ ਉੱਤੇ ਪਹਿਲਾਂ ਖੜ੍ਹ ਗਏ ਸੀਗੇ ਆਪਦੇ ਫੁੱਲ ਲੈ ਕੇ। ਸਤੀ ਜੀ, ਮੈਨੂੰ ਤਾਂ ਕਦੀ ਕਦੀ ਨਾ ਉਹ ਜੱਸੋਵਾਲ ਸਾਹਿਬ ਦੀ ਗੱਲ ਯਾਦ ਆ ਜਾਂਦੀ ਆ, ਉਹ ਕਿਹਾ ਕਰਦੇ ਸੀਗੇ ਵੀ ਇਨਸਾਨ ਨੂੰ ਉਹ ਪਲ ਨਹੀਂ ਮਿਲਦਾ ਜਦੋਂ ਅੱਖ ਪੱਟ ਕੇ ਪਿੱਛੇ ਵੇਖ ਸਕੇ ਮਰਨ ਤੋਂ ਬਾਅਦ ਵੀ ਮੇਰੇ ਪਿੱਛੇ ਦੁਨੀਆ ਕਿੰਨੀ ਆ। ਵਾਹ, ਕਮਾਈ ਬਹੁਤ ਕੀਤੀ ਸਰਦੂਲ ਜੀ ਨੇ, ਅਤੇ ਉੱਧਰ ਮੇਰੇ ਮਨ 'ਚ ਵੀ ਮੈਂ ਭੱਲਾ ਜੀ ਨੂੰ ਇਹ ਕਿਹਾ, ਮੈਂ ਕਿਹਾ ਭੱਲਾ ਜੀ ਕਾਸ਼ ਪਰਮਾਤਮਾ 2 ਸਾਲ ਹੋਰ ਸਰਦੂਲ ਜੀ ਨੂੰ ਦੇਵੇ, ਉਹ ਅੱਖ ਪੱਟ ਕੇ ਖੇੜੀ ਨੌਤ ਸਿੰਘ ਜਾਂ ਖੰਨੇ ਵਿੱਚ ਉਹ ਜਿਹੜਾ ਪਿੱਛੇ ਉਹਨਾਂ ਦੇ ਹਜ਼ੂਰ ਸੀ ਉਹ ਦਰਸ਼ਨ ਕਰ ਸਕਣ। ਸਰਦੂਲ ਜੀ ਨੇ ਮਨ ਨੂੰ ਕਿੰਨੀ ਸ਼ਾਂਤੀ ਮਿਲੇ, ਕਿਉਂਕਿ ਕਾਰਨ ਇਹ ਆ ਕਿ ਕਮਾਈ ਜਿਹੜੀ ਆ ਉਹ ਸਾਰੀ ਦੁਨੀਆ ਨੇ ਦੇਖੀ। ਮੈਨੂੰ ਨਾ ਮਤਲਬ ਇੰਨੇ ਫੋਨ ਜੱਸੀ ਜੀ ਬਾਹਰੋਂ ਆਏ, ਉਹ ਕਹਿੰਦੇ ਅਸੀਂ ਨਾ ਜਿੱਥੇ ਬੰਦਾ ਖੜਾ ਉੱਥੇ ਸੁਣ ਰਹਿ ਗਿਆ ਜੀ, ਉਹ ਕਹਿੰਦੇ ਸਰਦੂਲ ਜੀ ਚਲੇ ਗਏ, ਭਾਵੇਂ ਉਹਨਾਂ ਨੂੰ ਜਾਣਦਾ ਸੀ ਭਾਵੇਂ ਨਹੀਂ ਜਾਣਦਾ ਸੀ, ਕਿਉਂਕਿ ਉਹ ਜਿੰਨਾ ਵੀ 2 ਮਿੰਟ ਮਿਲ ਗਏ ਜੀ ਉਹਦੇ ਹੋ ਗਏ। ਬਿਲੀਵ ਹੀ ਨਹੀਂ ਹੁੰਦਾ ਸੀਗਾ ਜਿਸ ਦਿਨ ਸਾਨੂੰ ਵੀ ਪਤਾ ਲੱਗਿਆ ਨਾ ਕਿ ਇੱਦਾਂ ਹੋਈ ਆ, ਉਸ ਦਿਨ ਸਾਨੂੰ ਮੈਸੇਜ ਜਦੋਂ ਮੈਂ ਪੜ੍ਹਿਆ ਅਤੇ ਮੈਂ ਕਿਹਾ ਸੁਣੋ ਕੀ ਹੋ ਗਿਆ, ਇੱਕੋਦਮ ਕੋਈ ਪਤਾ ਨਹੀਂ ਸੀਗਾ ਇੱਦਾਂ ਦਾ ਹੋ ਵੀ ਸਕਦਾ ਕੁਛ ਵੀ, ਕੁਛ ਚਿੱਤ ਚੇਤੇ ਨਹੀਂ ਸੀਗੇ ਇੱਦਾਂ ਦੀ ਕੋਈ ਗੱਲ ਹੀ। ਮੈਨੂੰ ਯਾਦ ਆ ਜਾਂਦਾ ਕਿ ਜਦੋਂ ਲਾਸਟ ਟਾਈਮ ਸਟੂਡੀਓ ਜਦੋਂ ਤੁਸੀਂ ਇੰਟਰਵਿਊ ਕੀਤੀ ਆ, ਉਸ ਤੋਂ ਬਾਅਦ ਫਿਰ ਇੱਕ ਵਾਰ ਆਏ ਸੀਗੇ ਉਹ, ਹੈ ਨਾ, ਅਤੇ ਉਸ ਤੁਹਾਡੇ ਇੰਟਰਵਿਊ ਟਾਈਮ ਵੀ, ਅਤੇ ਉਸ ਤੋਂ ਬਾਅਦ ਵੀ ਫਿਰ ਮੈਂ ਗੱਲ ਕਰਦੇ ਹੋ ਸੀ, ਪੌੜੀਆਂ ਉੱਤਰ ਰਹੇ ਸੀਗੇ, ਮੈਂ ਕਿਹਾ ਮਾਸਟਰ ਜੀ ਕਹਿੰਦਾ ਹੁੰਦਾ ਸੀ ਕਿ ਨਹੀਂ ਮੈਂ ਤਾਂ, ਅਤੇ ਮੈਂ ਕਿਹਾ ਮਾਸਟਰ ਜੀ ਵੀ ਆਪਣੇ ਵਾਲੀ ਫਿਰ ਡਿਊ ਰਹਿ ਗਈ, ਹੁਣ ਦੂਸਰੀ ਵਾਰ ਫਿਰ ਰਹਿ ਗਈ ਹੈ ਨਾ ਡਿਊ, ਕਹਿੰਦੇ ਕੋਈ ਨਾ ਪੁੱਤਰਾ ਤੇਰਾ ਪਿਓ ਜਦ ਫੋਨ ਕਰਦਾ ਸੀ ਤਾਂ ਜਦੇ ਪਹੁੰਚ ਜਾਂਦੇ ਮਿੰਟਾਂ ਦੇ ਵਿੱਚ, ਅਤੇ ਵੈਸੇ ਵੀ ਕਹਿੰਦੇ ਤੂੰ ਜਦੋਂ ਮਰਜ਼ੀ ਤੁਸੀਂ ਕਹੋ ਉਸ ਟਾਈਮ ਆ ਜਾਊਗਾ। ਮਤਲਬ ਕਿ ਅੱਜ ਥੋੜ੍ਹਾ ਉਹਨਾਂ ਦੀ ਸਿਹਤ ਉਸ ਟਾਈਮ ਵੀ ਥੋੜ੍ਹਾ ਠੀਕ ਨਹੀਂ ਸੀਗੀ, ਅਤੇ ਉਹ ਉਸ ਟਾਈਮ ਇਨਲਾਜ ਫੈਮਿਲੀ ਤੁਸੀਂ ਗੱਲ ਕੀਤੀ ਨਾ ਜੱਸੀ ਜੀ ਦੇ, ਚਲੋ ਹੁਣ ਕਿਉਂਕਿ ਤੁਹਾਡੇ ਮੰਮਾ ਦੇ ਪੇਕੇ ਦੇ ਹਾਂਜੀ ਦੇ ਨਾਲ ਨਾਲ ਘਰ ਆ, ਅਤੇ ਜੱਸੀ ਜੀ 89 ਦੇ ਵਿੱਚ ਮੇਰੀ ਪਹਿਲੀ ਨੌਕਰੀ ਮਾਰਕਫਿਟ 'ਚ ਬਤੌਰ ਡਿਸਟ੍ਰਿਕਟ ਮੈਨੇਜਰ, ਮੈਂ ਰੋਪੜ ਪੋਸਟ ਹੋਇਆ 5 ਅਪ੍ਰੈਲ 1999, ਅਤੇ ਉੱਥੇ ਵੀ ਜਾ ਕੇ ਮੈਨੂੰ ਪਤਾ ਲੱਗਾ ਜਿਹੜੇ ਦਫ਼ਤਰ ਸੀ ਮੇਰਾ ਉਹਦੇ ਸਾਹਮਣੇ 200 ਗਜ਼ ਦੇ ਉੱਪਰ ਉੱਚਾ ਮੱਲਾ ਸੀ, ਕਹਿੰਦੇ ਨੂਰੀ ਜੀ ਪਿੱਕੇ ਆ, ਅਤੇ ਨੂਰੀ ਜੀ ਕਿਉਂਕਿ ਅਸੀਂ ਵਿਦੇਸ਼ਾਂ 'ਚ ਇਕੱਠੇ ਜਾਂਦੇ ਹੁੰਦੇ ਸੀਗੇ, ਅਤੇ ਨੂਰੀ ਜੀ ਦੇ ਬ੍ਰਦਰ ਕਰਮਾ ਨੂਰੀ ਮੈਨੂੰ ਲੈਣ ਆ ਗਏ ਵੀ ਭਾਅ ਜੀ ਸਾਡੇ ਤੁਸੀਂ ਵਾਕਫ ਹੋ, ਨੂਰੀ ਭੈਣ ਜੀ ਚਾਹੁੰਦੇ ਆ ਵੀ ਸਾਡੇ ਘਰ ਆਓ, ਸਾਨੂੰ ਚਾਹ ਵਾ ਕਿ ਸਾਡੇ ਜਾਣਕਾਰ ਅਫਸਰ ਲੱਗ ਕੇ ਆਏ। ਚਲੋ ਮੈਂ ਤਾਂ ਉਹਨਾਂ ਦਾ ਘਰ ਦਾ ਮੈਂਬਰ ਸੀ, ਅਤੇ ਮੈਂ ਜੀ ਅਸੀਂ ਜੀ ਘਰ ਗਿਆ, ਇੰਨੀ ਸੇਵਾ ਕੀਤੀ ਨੂਰੀ ਭੈਣ ਜੀ, ਬੜੇ ਖੁਸ਼ ਹੋਏ ਵੀ ਸ਼ਰਮਾ ਜੀ ਆਇਆ ਕਰੋ ਮੇਰੇ ਪੇਕਿਆਂ ਦਾ ਘਰ। ਸੋ ਇਹ ਸੰਬੰਧ ਜਿਹੜੇ ਆ ਬਿਲਕੁਲ ਮਤਲਬ ਹਮੇਸ਼ਾ ਰਹੇ ਜੀ। ਸ਼ਰਮਾ ਜੀ, ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਬਈ, ਬੇਸ਼ੱਕ ਸਰਦੂਲ ਭਾਅ ਜੀ ਸਰੀਰਕ ਤੌਰ 'ਤੇ ਸਾਡੇ 'ਚ ਨਹੀਂ ਰਹੇ ਅੱਜ, ਪਰ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਸਾਡੇ ਨਾਲ ਰਹੇਗੀ, ਅਤੇ ਉਹ ਨਾਮ ਭੁੱਲਣ ਵਾਲਾ ਇਨਸਾਨ ਸਾਰੀ ਜ਼ਿੰਦਗੀ ਮਤਲਬ ਨਹੀਂ ਭੁੱਲੇਗਾ ਕਿਸੇ ਨੂੰ। ਬਸ ਪਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਅਤੇ ਪਿੱਛੋਂ ਨੂਰੀ ਭੈਣ ਜੀ ਨੂੰ, ਅਲਾਪ ਸਾਰੰਗ ਬੱਚਿਆਂ ਨੂੰ ਅਤੇ ਹੋਰ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਪਿਆਰੀਆਂ ਗੱਲਾਂ ਕੀਤੀਆਂ ਅਤੇ ਬਹੁਤ ਸੋਹਣੀਆਂ ਯਾਦਾਂ ਜੋ ਉਹਨਾਂ ਦੇ ਫੈਨਸ ਦੇ ਨਾਲ ਸ਼ੇਅਰ ਕੀਤੀਆਂ ਨੇ, ਜਿੰਨੇ ਵੀ ਚਾਹੁਣ ਵਾਲੇ ਆ ਸਾਰੇ ਦੇਖ ਕੇ ਬਹੁਤ ਖੁਸ਼ ਹੁੰਦੇ ਹੋਣੇ, ਕਿਉਂਕਿ ਬੰਦਾ ਨਹੀਂ ਮੁੜਦਾ, ਬੰਦਾ ਨਹੀਂ ਮੁੜਦਾ, ਪਰ ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਯਾਦਾਂ ਜਿਹੜੀਆਂ ਹੈਗੀਆਂ, ਕਿਉਂਕਿ ਸਾਰੀ ਬਿਹਾਈਂਡ ਦਾ ਸੀਨ ਗੱਲਾਂ ਨੇ ਜੋ ਤੁਹਾਡੇ ਵਿੱਚ ਆ ਉਹਨਾਂ ਦੇ ਵਿੱਚ ਹੈ ਨਾ, ਜੋ ਪਲ ਬੀਤੇ ਹੋਏ ਨੇ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਜੀ ਆਪਣੀਆਂ ਗੱਲਾਂ ਬਾਤਾਂ ਅਤੇ ਟਾਈਮ ਦੇਣ ਲਈ। ਸੋ ਇਸੇ ਤਰ੍ਹਾਂ ਚੈਨਲ ਸਤਰੰਗ ਨੂੰ ਪਿਆਰ ਦਿੰਦੇ ਰਹੋ, ਸਤਰੰਗ ਸੈਲੀਬ੍ਰਿਟੀ ਨੂੰ ਪਿਆਰ ਦਿੰਦੇ ਰਹੋ, ਜਿਨ੍ਹਾਂ ਨੇ ਚੈਨਲ ਸਤਰੰਗ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਨਵੀਂ ਸੈਲੀਬ੍ਰਿਟੀ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ।